ਸਾਤਸਰੀਏ ਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਕੋਈ ਸਿਆਸੀ ਮਾਨ ਪ੍ਰੋਫੈਸਰ ਜਗਰੂਪ ਸਿੰਘ ਸੇਖੋ ਜੀ ਮੌਜੂਦ ਨੇ ਕੁਝ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਥੈਂਕ ਯੂ ਸੁਖਵਿੰਦਰ ਜੀ ਧੰਨਵਾਦ ਸ਼ੁਰੂ ਦੇ ਵਿੱਚ ਅਪੀਲ ਜੋ ਪਹਿਲਾਂ ਵੀ ਅਸੀਂ ਲਗਾਤਾਰ ਹੁਣ ਕਰ ਰਹੇ ਹਾਂ ਪਿਛਲੇ ਕੁਝ ਦਿਨਾਂ ਤੋਂ ਕਿ ਤਖਤ ਪੰਜਾਬ ਚੈਨਲ ਦੇ ਵਿਊਜ਼ ਜਿਹੜੇ ਨੇ ਉਹ ਫ੍ਰੀਜ਼ ਨੇ ਕੁਝ ਵੀਡੀਓਜ਼ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਹੁਣ ਕਿੰਨਾ ਕਾਰਨਾ ਕਰਕੇ ਕੀਤਾ ਜਾ ਰਿਹਾ ਏਜ ਰੈਸਟ੍ਰਿਕਸ਼ਨ ਲਾਈ ਜਾ ਰਹੀ ਆ ਜਦ ਕਿ ਇਹੋ ਜੇ ਕੁਝ ਵੀ ਇਤਰਾਜ਼ ਉਹ ਨਹੀਂ ਹੁੰਦਾ ਅਸੀਂ ਚਰਚਾ ਕਰਦੇ ਆਂ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਉੱਤੇ ਜਿਨ੍ਹਾਂ ਤੇ ਜਿਨ੍ਹਾਂ ਨੂੰ ਅਣਗੌਲਿਆ ਕੀਤਾ ਗਿਆ ਤੇ ਜਿਨ੍ਹਾਂ ਦੇ ਉੱਤੇ ਧਿਆਨ ਨਹੀਂ ਦਿਵਾਇਆ ਜਾ ਰਿਹਾ ਹੁਣ ਗੱਲਬਾਤ ਅਸੀਂ ਅ ਇਹ ਵੀ ਨਾਲ ਨਾਲ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਮੀਡੀਆ ਦੀ ਸੰਗੀ ਕੁੱਟੀ ਜਾ ਰਹੀ ਹੈ ਇਸ ਵੀਡੀਓ ਨੂੰ ਤੁਸੀਂ ਚਲਦੇ ਚਲਦੇ ਲਾਈਕ ਤੇ ਸ਼ੇਅਰ ਤੇ ਆਪਣੇ ਕਮੈਂਟ ਜ਼ਰੂਰ ਨਾਲ ਕਰਦੇ ਕਰੋ ਤਾਂ ਕਿ ਇੱਕ ਵਾਰ ਸਾਰਿਆਂ ਤੱਕ ਪਹੁੰਚ ਜਾਏ ਤੇ ਉਸ ਤੋਂ ਬਾਅਦ ਇਸ ਨੂੰ ਨਿਰੰਤਰ ਸੁਣੋ ਅ ਪ੍ਰੋਫੈਸਰ ਜਿੱਥੋਂ ਤੱਕ ਸਵਾਲ ਸਰਕਾਰ ਦੀਆਂ ਨੀਤੀਆਂ ਦਾ ਲਗਾਤਾਰ ਇਹ ਗੱਲ ਉੱਠਦੀ ਸੀ ਕਿ ਕਿਵੇਂ ਮੀਡੀਆ ਦੀ ਆਜ਼ਾਦੀ ਦੇ ਉੱਤੇ ਜਾਂ ਮੀਡੀਆ ਜੋ ਆਪਣੇ ਵੱਲੋਂ ਪੰਜਾਬ ਦੇ ਮੁੱਦਿਆਂ ਨੂੰ ਉਭਾਰ ਕੇ ਸਰਕਾਰ ਦੇ ਸਾਹਮਣੇ ਲੈ ਕੇ ਆਉਂਦਾ ਆ ਜਾਂ ਉਹਦਾ ਹਰ ਪੱਖ ਦਿਖਾਉਂਦਾ ਆ ਕੇਂਦਰ ਸਰਕਾਰ ਤੋਂ ਸਵਾਲ ਉੱਠਦਾ ਸੀਗਾ ਕਿ ਉਹ ਗੋਦੀ ਮੀਡੀਆ ਵਾਂਗੂ ਚੱਲਦਾ ਮਾਲੀ ਸਾਹਿਬ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਹੁਣ ਭੋਗੀ ਮੀਡੀਆ ਸਥਾਪਿਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਹ ਸਾਰੇ ਵਰਤਾਰੇ ਨੂੰ ਕਿਸ ਤਰ੍ਹਾਂ ਦੇਖਿਆ ਜਾਵੇ ਕਿ ਹੁਣ ਸਰਕਾਰ ਜਿਹੜੀ ਆ ਉਹ ਅਸਿੱਧੇ ਢੰਗ ਦੇ ਨਾਲ ਜਿਹੜੀ ਚੈਨਲਾਂ ਦੇ ਉੱਤੇ ਕਾਰਵਾਈ ਕਰ ਰਹੀ ਹੈ ਇਹ ਗੱਲ ਬੜੀ ਸਥਿਤੀ ਹੈ ਕਿ ਇਸ ਵੇਲੇ ਸੋਸ਼ਲ ਮੀਡੀਆ ਬਹੁਤ ਹੀ ਇੰਪੋਰਟੈਂਟ ਸੋਰਸ ਆਫ ਕਮਿਊਨੀਕੇਸ਼ਨ ਹੈ ਕਿ ਜਿਹੜੀ ਤੁਹਾਡੀ ਗੱਲ ਬਾਤ ਲੋਕਾਂ ਚ ਪਹੁੰਚਦੀ ਆ ਲੋਕਾਂ ਅੱਗੇ ਉਹਦੇ ਉੱਤੇ ਕੋਈ ਡਿਸਕਸ ਕਰਦੇ ਆ ਔਰ ਸਰਕਾਰਾਂ ਅੱਜ ਕੱਲ ਸਾਰੀ ਦੁਨੀਆ ਦੇ ਵਿੱਚ ਹੀ ਇਸ ਟ੍ਰੈਂਡ ਦੇ ਵਿੱਚ ਆ ਵੀ ਕਿਉਂਕਿ ਡੈਮੋਕਰੈtic ਜਿਹੜਾ ਪ੍ਰੋਸੈਸ ਸੀਗਾ ਜਾਂ ਡੈਮੋਕਰੇਸੀ ਦਾ ਜਿਹੜਾ ਲੈਵਲ ਸੀ ਜਾਂ ਇੰਡੈਕਸ ਸੀਗਾ ਉਹ ਹਿੰਦੁਸਤਾਨ ਚ ਨਹੀਂ ਹੈ ਸਾਰੀ ਦੁਨੀਆ ਦੇ ਵਿੱਚ ਇਸ ਕਿਸਮ ਦਾ ਵਰਤਾਰਾ ਹੋ ਰਿਹਾ ਕਿ ਉਹ ਹੌਲੀ-ਹੌਲੀ ਜਿਹੜੇ ਹਾਕਮ ਤਿਰਾਂ ਹੁੰਦੀਆਂ ਵਾਂ ਕਿਉਂਕਿ ਜਿਹੜੇ ਹਾਕਮ ਤੇਰੇ ਚ ਲੋਕ ਆ ਰਹੇ ਆ ਉਹ ਸਿਆਸਤਦਾਨ ਘਟਵਾ ਤੇ ਰਾਜਨੀਤੀ ਵਾਂਝਾ ਜ਼ਿਆਦਾ ਹੋ ਗਿਆ ਔਰ ਉਹਦੇ ਵਿੱਚ ਉਹਨਾਂ ਨੂੰ ਆਦਤ ਪੈ ਗਈ ਆ ਕਿ ਆਪਣੇ ਬਾਰੇ ਕੋਈ ਕਈ ਗੱਲ ਉਹਨਾਂ ਨੂੰ ਸੁਣਨੀ ਬਹੁਤੀ ਗੁਵਾਰ ਨਹੀਂ ਹੁੰਦੀ ਉਹ ਜ਼ਿਆਦਾਤਰ ਚਾਪਲੂਸਾਂ ਦੇ ਵਿੱਚ ਰਹਿ ਕੇ ਹੀ ਜਿਹੜਾ ਨਾ ਉਹ ਆਪਣਾ ਸਮਾਂ ਜਿਹੜਾ ਬਤੀਤ ਕਰਦੇ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਸੀਗੀਆਂ ਇਹ ਵੀ ਕਰਦੀ ਆ ਇਹ ਸਰਕਾਰ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈਗੀ ਆ ਕਿ ਇਸ ਸਰਕਾਰ ਦੇ ਮਗਰਲੇ ਪਾਸੇ ਜਿਹੜੇ ਬੈਠੇ ਲੋਕ ਹੈਗੇ ਆ ਉਹਨਾਂ ਦਾ ਪੰਜਾਬ ਦੇ ਹਿੱਤਾਂ ਨਾਲ ਕੋਈ ਸਬੰਧ ਨਹੀਂ ਹੈ। ਇਹ ਸਰਕਾਰ ਆਮ ਤੌਰ ਤੇ ਇੱਕ ਨਾ ਟੈਕਨੋ ਜਿਹੜਾ ਕਰੈਟਿਕ ਬੇਸ ਦੇ ਉੱਤੇ ਟੈਕਨੋ ਬਿਊਰੋਕ੍ਰੈਟਿਕ ਸਟਰਕਚਰ ਦੇ ਉੱਤੇ ਬੇਸ ਜਿਹੜੀ ਆ ਉਹ ਓਪਰੇਟ ਕਰ ਰਹੀ ਆ। ਉਹਦਾ ਮੈਂ ਕਾਰਨ ਇਹ ਦੱਸਦਾ ਤੁਹਾਨੂੰ ਕਿ ਤੁਸੀਂ ਦੇਖੋ ਜਿਹੜੇ ਸੀ ਚੁਣੇ ਹੋਏ ਨਮਾਇਦੇ ਆ ਉਹਨਾਂ ਦਾ ਵੀ ਲੋਕਾਂ ਨਾਲ ਸੰਵਾਦ ਨਹੀਂ ਹੈਗਾ। ਚਾਹੇ ਉਹ ਸਾਡੇ ਐਮ.ਐਲ.ਏ ਹੈਗੇ ਆ ਚਾਹੇ ਮੰਤਰੀ ਸਾਹਿਬ ਹੈਗੇ ਆ ਉਹ ਵੀ ਆਪਣੇ ਕੁਝ ਬੰਦਿਆਂ ਦੇ ਵਿੱਚ ਹੀ ਘਿਰੇ ਹੋਏ ਆ। ਔਰ ਮੁੱਖ ਮੰਤਰੀ ਸਾਹਿਬ ਨੂੰ ਤਾਂ ਜਿਸ ਕਿਸਮ ਦੇ ਉਹ ਬਿਆਨ ਦਿੰਦੇ ਆ ਜਿਸ ਕਿਸਮ ਦਾ ਉਹ ਕਈ ਵਾਰੀ ਭਾਸ਼ਣ ਕਰਦੇ ਆ ਉਹ ਮੈਨੂੰ ਚੰਗਾ ਨਹੀਂ ਲੱਗਦਾ। ਉਹ ਐਜ਼ ਏ ਮੁੱਖ ਮੰਤਰੀ ਜਿਹੜਾ ਹੈਗਾ ਵਾ ਉਹ ਠੀਕ ਆ ਫਰ ਦਾ ਟਾਈਮ ਵੀنگ ਐਂਟਰਟੇਨਮੈਂਟ ਹੋ ਜਾਊਗਾ। ਜੇ ਫਰ ਦਾ ਟਾਈਮ ਵੀ ਤੁਸੀਂ ਤੁਹਾਨੂੰ ਲੱਗੂਗਾ ਕਿ ਤੁਸੀਂ ਬਹੁਤ ਲੋਕਾਂ ਨੂੰ ਜਿਹੜਾ ਹੈਗਾ ਨਾ ਤੁਸੀਂ ਜੇ ਮੈਂ ਮਨਜੀਤ ਸਿੰਘ ਦੀ ਗੱਲ ਕਰਾਂ ਤੂੰ ਠੋਕਣ ਲੱਗੇ ਜੋ ਕਿਉਂਕਿ ਤੁਹਾਡੇ ਕੋਲ ਤਾਕਤ ਹੈਗੀ ਆ। ਤੁਹਾਡੇ ਕੋਲ ਪੁਲਿਸ ਸਿਸਟਮ ਹੈਗਾ ਬਾਅਦ ਤੁਹਾਡੇ ਕੋਲ ਜਿਹੜਾ ਹੈਗਾ ਖਾਸ ਕਰਕੇ ਕੁਝ ਚੈਨਲ ਵੀ ਇਦਾਂ ਦੇ ਹੈਗੇ ਆ ਪ੍ਰਿੰਟ ਮੀਡੀਆ ਵੀ ਹੈਗਾ ਇਲੈਕਟ੍ਰੋਨਿਕ ਵੀ ਹੈਗਾ ਜਿਨ੍ਹਾਂ ਨੂੰ ਤੁਸੀਂ ਕੁਝ ਦਿੰਦੇ ਵੀ ਹੈਗੇ ਆ ਆਪਣੇ ਵਿਗਿਆਪਨ ਵੀ ਦਿੰਦੇ ਹੋਗੇ ਜਾਂ ਹੋਰ ਕੁਝ ਦਿੰਦੇ ਹੈਗੇ ਤੁਹਾਨੂੰ ਲੱਗਦਾ ਵੀ ਉਹੀ ਸਾਡੀ ਗੱਲ ਜਿਹੜੀ ਹੈਗੀ ਆ ਉਹ ਉਹੀ ਗੱਲ ਅਸਲੀ ਗੱਲ ਆ ਪਰ ਇਸ ਵੇਲੇ ਜਿਹੜਾ ਸੋਸ਼ਲ ਮੀਡੀਆ ਹੈਗਾ ਵਾ ਇਹ ਜੜਾਂ ਚ ਕੰਮ ਕਰਦਾ ਇਹ ਬੇਸਟ ਕੰਮ ਕਰਦਾ ਇਹ ਉੱਥੇ ਪਹੁੰਚਦਾ ਵਾ ਜਿੱਥੇ ਤੁਹਾਡਾ ਇਲੈਕਟ੍ਰੋਨਿਕ ਜਾਂ ਪ੍ਰਿੰਟ ਮੀਡੀਆ ਨਹੀਂ ਪਹੁੰਚਦਾ ਦੋਇਸ ਕਰਕੇ ਇਹ ਜਿਹੜੀਆਂ ਸਰਕਾਰ ਐ ਖਾਸ ਕਰਕੇ ਕਿਉਂਕਿ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਔਰ ਪੰਜਾਬ ਦੇ ਲੋਕ ਚਲੋ ਠੀਕ ਸਰਕਾਰਾਂ ਕਰਦੀਆਂ ਰਹੀਆਂ ਆ ਪਰ ਪੰਜਾਬ ਦੇ ਲੋਕ ਬਹੁਤ ਲੰਮਾ ਸਮਾਂ ਇਹੋ ਜਿਹਾ ਵਰਤਾਰਾ ਜਿਹੜਾ ਉਹ ਚੱਲਦੇ ਨੇ ਹੈਗੇ ਉਹ ਇਹ ਵਰਤਾਰੇ ਨੂੰ ਟੈਕਲ ਕਰਨ ਦਾ ਉਹਨਾਂ ਕੋਲ ਮੈਕੈਨਿਜ਼ਮ ਹੈਗਾ ਵਾ ਖਾਸ ਕਰਕੇ ਕਿਸਾਨੀ ਅੰਦੋਲਨ ਨੇ ਤਾਂ ਹੋਰ ਵੱਡਾ ਮੈਕੈਨਿਜ਼ਮ ਉਹਦੇ ਵਿੱਚ ਖੜਾ ਕਰ ਦਿੱਤਾ ਇਹ ਸਾਰੀ ਜਿਹੜੀ ਜੋ ਤਾਣਾ ਬਾਣਾ ਹੈਗਾ ਉਹਨੂੰ ਕੰਟਰੋਲ ਕੌਣ ਕਰਦਾ ਕੰਟਰੋਲ ਪਿਛਲੇ ਪਾਸੇ ਉਹ ਬੰਦੇ ਬੈਠੇ ਆ ਜਿਹੜੇ ਟੈਕਨੋਕਰੇਟਸ ਹੈਗੇ ਆ ਉਹ ਬੰਦੇ ਬੈਠੇ ਆ ਜਿਨ੍ਹਾਂ ਦਾ ਪੰਜਾਬ ਤੇ ਇੱਕ ਉਹਨਾਂ ਕੋਲ ਖਾਸ ਕਰਕੇ ਰਾਜ ਜ਼ਰੂਰ ਹੈਗਾ ਵਾ ਪਰ ਪੰਜਾਬ ਨਾਲ ਲਗਾ ਕੋਈ ਨਹੀਂ ਹੈ ਚਾਹੇ ਉਹ ਟੈਕਸੀ ਵੀ ਹੋਣ ਚਾਹੇ ਦੂਸਰੇ ਤੀਸਰੇ ਹੋਣ ਉਹ ਮਸ਼ੀਨ ਮਗੋਂ ਸ਼ਾਇਦ ਉਹਨੂੰ ਆਪਰੇਟ ਕੀਤਾ ਜਾਂਦਾ ਵਾ ਕਿ ਉਹਨਾਂ ਨੂੰ ਇੰਸਟ੍ਰਕਸ਼ਨ ਆਉਂਦੀਆਂ ਵਾ ਕਿ ਭਾਈ ਇਹਨੂੰ ਐ ਕਰ ਲੋ ਹਾਂ ਉਹ ਟੈਕਸੀ ਵੀ ਜ਼ਰੂਰ ਹੈਗੇ ਆ ਇਹ ਉਹ ਆ ਉਹ ਜਿਹੜੀ ਚੀਜ਼ ਇਹਨਾਂ ਨੂੰ ਠੀਕ ਨਹੀਂ ਲੱਗਦੀ ਆ ਚੀਜ਼ ਉਹਨਾਂ ਨੂੰ ਜਿਹੜੀ ਹੈਗੀ ਆ ਠੀਕ ਲੱਗਦੀ ਆ ਜੇ ਠੀਕ ਲੱਗਦੀ ਆ ਉਹਨੂੰ ਜਿਆਦਾ ਜਿਆਦਾ ਹੋਰ ਜਿਆਦਾ ਗਲੋਰੀਫਾਈ ਕਰ ਦੇਣਗੇ ਜਿਆਦਾ ਉਹਨੂੰ ਹੋਗਲੇ ਪਾਸੇ ਵਧਾ ਦੇਣਗੇ ਪਰ ਇਹ ਬਹੁਤ ਲੰਮਾ ਸਮਾਂ ਲੱਗਦਾ ਚੱਲਣਾ ਨਿਕਾ ਇਹ ਕੱਲ ਮੈਂ ਬਹੁਤ ਦਾਅਵੇ ਨਾ ਘੇਰ ਰਿਹਾ ਮੈਂ ਕਿਉਂਕਿ ਪੰਜਾਬ ਬਹੁਤ ਛੋਟਾ ਜਿਹਾ ਸਟੇਟ ਹੈਗਾ ਵਾ ਪੰਜਾਬ ਦੇ ਲੋਕ ਬਹੁਤ ਜਾਗਰੂਕ ਹੈਗੇ ਆ ਪੰਜਾਬ ਦੇ ਲੋਕ ਇਹੋ ਜੀਆਂ ਜਿਹੜੀਆਂ ਹੁੰਦੀਆਂ ਨਾ ਖਾਸ ਕਰਕੇ ਚੁਸਤੀਆਂ ਜਿਹਨੂੰ ਆਪਾਂ ਕਹਿ ਦਈਏ ਜਾਂ ਚਲਾਕੀਆਂ ਕਿਹੜੀਆਂ ਕਹਿੰਦੀਆਂ ਉਹਨੂੰ ਬਹੁਤ ਜਲਦੀ ਤਰੀਕੇ ਨਾਲ ਜਾਣ ਜਾਂਦੇ ਆ ਔਰ ਪੰਜਾਬ ਦੇ ਲੋਕਾਂ ਨੂੰ ਇਹ ਵੀ ਪਤਾ ਹੈਗਾ ਕਿ ਜਿਹੜੇ ਸਾਡੇ ਹਾਕਮ ਆ ਉਹ ਉਹਨਾਂ ਦਾ ਬੇਸ ਕੀ ਹੈਗਾ ਉਹ ਕਿੰਨੇ ਕਲੈਸਟੀਮਾਈਜ਼ ਹੈਗੇ ਆ ਕਿੰਨੀ ਕ ਐਕਸੈਪਟੈਂਸ ਆ ਕਿਉਂਕਿ ਉਹ ਉੱਥੇ ਆ ਸਾਰੇ ਆਰਾਮ ਰੌਲੇ ਦੇ ਵਿੱਚੋਂ ਮੈਂ ਉਹਨੂੰ ਰੈਵੋਲੂਸ਼ਨ ਨਹੀਂ ਕਹੂੰਗਾ ਉਹ ਆਰਾਮ ਰੌਲੇ 'ਚ ਉੱਠੇ ਆ ਉਹ ਲਾਲਾ ਲਾਲਾ ਜੋ ਉੱਠੇ ਆ ਪਰ ਉਹ ਲਾਲਾ ਲਾਲਾ ਦਾ ਉਹਨਾਂ ਨੂੰ ਐਡਵਾਂਟੇਜ ਮਿਲਿਆ ਇਹ ਉਹ ਇਸ ਕਰਕੇ ਐਡਵਾਂਟੇਜ ਮਿਲ ਗਿਆ ਕਿ ਜਿਹੜੇ ਪਹਿਲੀਆਂ ਸਾਡੀਆਂ 13 ਸੀਗੀਆਂ ਬਹੁਤ ਖਾਸ ਕਰਕੇ ਰਾਜ ਕਰਨ ਵਾਲੀਆਂ 13 ਜਿਹੜੀਆਂ ਸੀ ਉਹ ਬਹੁਤ ਐਂਟੀ ਪੀਪਲ ਹੋ ਗਿਆ ਉਹਨਾਂ ਦਾ ਐਟੀਟਿਊਡ ਬਹੁਤ ਕਰਖਤ ਹੋ ਗਿਆ ਉਹਨਾਂ 'ਚ ਹੈਂਕੜਬਾਜੀ ਬਹੁਤ ਆ ਗਈ ਉਹ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕਰਤਾ ਇਹ ਜਿਹੜਾ ਦੋ ਟਾਈਮ ਦੀ ਰੋਟੀ ਨਹੀਂ ਮਿਲਦੀ ਇਹ ਟੁਕੜ ਨਹੀਂ ਮਿਲਦਾ ਉਸ ਨੂੰ ਸਵਾਲ ਕਿਉਂ ਪੁੱਛਦੀ ਆ ਉਹ ਲੋਕਾਂ ਨੇ ਤਾਂ ਉਹਨਾਂ ਨੂੰ ਬਾਹਰ ਕਰਤਾ ਇਹਨਾਂ ਨੂੰ ਸਮਝਣ ਲੱਗਿਆ ਉਹਨਾਂ ਲੋਕਾਂ ਨੂੰ ਥੋੜਾ ਟਾਈਮ ਲੱਗੂਗਾ ਕਿਉਂਕਿ ਉਹਦਾ ਦੀ ਭਾਸ਼ਾ ਤਾਂ ਨਹੀਂ ਵਰਤਦੇ ਪਰ ਜਿਹੜੀ ਤੁਸੀਂ ਗੱਲ ਕੀਤੀ ਨੇ ਸੰਗੀ ਘਟਦੇ ਆ ਇਹਨਾਂ ਨੇ ਟੈਕਨੋਲੋਜੀ ਨੂੰ ਯੂਜ਼ ਕਰਕੇ ਤੇ ਇਹ ਜਿਹੜਾ ਤੁਸੀਂ ਕਹਿੰਦੇ ਜੋ ਕਿ ਜੋ ਹੋ ਰਿਹਾ ਹੈਗਾ ਉਹ ਉਸ ਤਰੀਕੇ ਨਾਲ ਕਰਦੇ ਪਰ ਇਹ ਲੱਗ ਜਾਊਗਾ ਪਤਾ ਥੋੜੇ ਸਮੇਂ ਦੇ ਵਿੱਚ ਇਹ ਬਹੁਤ ਲੰਮਾ ਸਮਾਂ ਸਸਤੇ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦਾ ਕਿਸੇ ਵੀ ਪ੍ਰਿੰਸੀਪਲ ਤੇ ਬੇਸਡ ਨਹੀਂ ਹੈ ਮੈਂ ਉਮਰ ਅਬਦੁੱਲਾਹ ਸਾਹਿਬ ਦੀ ਸਟੇਟਮੈਂਟ ਵਾੜ ਰਿਹਾ ਸੀਗਾ ਹੁਣ ਇਹਨਾਂ ਨੂੰ ਦਿੱਲੀ ਦੇ ਵਿੱਚ ਥੋੜੀਆਂ ਜਿਹੀਆਂ ਉਹਨਾਂ ਨੇ ਇਹਨਾਂ ਦੀ ਇਹਨਾਂ ਦੀ ਸੰਗੀ ਘੁੱਟੀ ਆ ਇਹ ਸਾਰੇ ਦੇਸ਼ ਤੇ ਟੀਕਾ ਮਾਰਦੇ ਫਿਰਦੇ ਆ ਕਦੀ ਕਿਸੇ ਮੁੱਖ ਮੰਤਰੀ ਦੇ ਦਰਵਾਜ਼ੇ ਕੋਲ ਬੈਠੇ ਹੁੰਦੇ ਆ ਕਦੀ ਕਿਸੇ ਕੋਲ ਬੈਠੇ ਹੁੰਦੇ ਆ ਤੇ ਨਾਲੇ ਦੱਸ ਰਹੇ ਕਿ ਦਿੱਲੀ ਦਾ ਖਤਰਾ ਦੇਸ਼ ਦਾ ਖਤਰਾ ਹੈ ਅਬਦੁੱਲਾਹ ਸਾਹਿਬ ਨੇ ਕਿਹਾ ਸੀਗਾ ਕਿ ਜਦੋਂ 370 हटਾਈ ਸੀਗੀ 35 ਇਹ हटਾਇਆ ਸੀਗਾ ਉਸ ਦਿਨ ਤਾਂ ਤੁਸੀਂ ਸੈਲੀਬ੍ਰੇਟ ਕੀਤਾ ਉਦੋਂ ਤਾਂ ਤੁਸੀਂ ਬੀਜੇਪੀ ਦੇ ਨਾਲ ਨਾਲ ਗਏ ਜਾਂ ਜਦੋਂ ਸੀ ਵਾਲੀ ਗੱਲ ਹੈਗੀ ਸੀਗੀ ਉਦੋਂ ਤਾਂ ਤੁਸੀਂ ਉਹਨਾਂ ਦੇ ਨਾਲ ਨਾਲ ਗਏ ਜਦੋਂ ਜੀਐਨਸੀ ਦਾ ਮਸਲਾ ਹੈ ਉਦੋਂ ਤੁਸੀਂ ਚੁੱਪ ਰਹੇ ਕਦੀ ਕ੍ਰੂਸ਼ਲ ਮਸਿਆ ਮਸਲਿਆਂ ਦੇ ਉੱਤੇ ਇਹ ਜਿਹੜਾ ਨਹੀਂ ਬੋਲਦੇ ਜਦੋਂ ਹੁਣ ਸੇਕ ਲੱਗਾ ਵਾ ਹੁਣ ਇਸ ਪਾਸੇ ਚੱਲੇ ਗਏ ਹੁਣ ਇਹਨਾਂ ਨੂੰ ਲੱਗਦਾ ਕਿ ਲੋਕੀ ਕਿੰਤੂ ਪ੍ਰੰਤੂ ਕਰਦੇ ਆ 13 ਮਹੀਨੇ ਹੋ ਗਏ ਆ ਬਹੁਤ ਸਾਰੇ ਵਾਅਦੇ ਕੀਤੇ ਸੀਗੇ ਜਾਂ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਕੋਈ ਲੋਕਾਂ ਨੇ ਸਵਾਲ ਤਾਂ ਚੁੱਕਣੇ ਚੁੱਕਣੇ ਵੇ ਡੈਮੋਕਰੈਟਿਕ ਪ੍ਰੋਸੈਸ ਦੇ ਵਿੱਚ ਉਹ ਲੋਕਾਂ ਦਾ ਹੱਕ ਬਣਦਾ ਇਹ ਉਹਨਾਂ ਨੂੰ ਸਵਾਲ ਪੁੱਛਣਾ ਜੇ ਇਹ ਵੀ ਉਹਦੇ ਨਾਲ ਅਨਕੰਫਰਟੇਬਲ ਹੋ ਰਿਹਾ ਤੇ ਮੇਰੇ ਖਿਆਲ ਲੋਕ ਇਹਨਾਂ ਨਾਲ ਬਹੁਤ ਜਲਦੀ ਅਨਕੰਫਰਟੇਬਲ ਹੋ ਜਾਣਗੇ ਪਰ ਕਿਉਂਕਿ ਲੋਕਾਂ ਕੋਲ ਆਪਸ਼ਨ ਹੈਗੀ ਐਸ ਵੇਲੇ ਕਿਉਂਕਿ ਪਹਿਲੇ ਜਿਹੜੀਆਂ ਪਾਰਟੀਆਂ ਹੈਗੀਆਂ ਸੀ ਪਹਿਲੇ ਲੀਡਰਸ਼ਿਪ ਪਹਿਲੇ ਸਰਕਾਰਾਂ ਸੀ ਇਹਦਾ ਐਡਵਾਂਟੇਜ ਹੀ ਹੋਆ ਉਹ ਐਡਵਾਂਟੇਜ ਬਾਈ ਡਿਫਾਲਟ ਹੈਗਾ ਜੇ ਕੱਲ ਨੂੰ ਕੋਈ ਹੋਰ ਚੰਗੀ ਧਿਰ ਵਿੱਚੋਂ ਮਿਲ ਗਈ ਲੋਕਾਂ ਦੀ ਧਿਰ ਮਿਲ ਗਈ ਤੇ ਆਪੇ ਇਹਨਾਂ ਨੂੰ ਜਿਹੜੀ ਜਿੱਦਾਂ ਪੰਜਾਬੀ ਵਿੱਚ ਕਹਿੰਦੇ ਅਕਲ ਟਿਕਾਣੇ ਆਜੂਗੀ ਜੈਨਾਂ ਦੀ ਭਾਸ਼ਾ ਠੀਕ ਹੋਜੂਗੀ ਜਾਂ ਇਹ ਐਜ਼ ਅ ਰਿਸਪੌਂਸੀਬਲ ਚਾਹੇ ਮੰਤਰੀ ਹੈਗੇ ਆ ਚਾਹੇ ਮੁੱਖ ਮੰਤਰੀ ਹੈਗੇ ਆ ਚਾਹੇ ਜੋ ਕੁਝ ਵੀ ਹੈਗੇ ਆ ਉਹ ਕਰਨਗੇ ਔਰ ਇਹਦੇ ਤੁਸੀਂ ਦੇਖੋ ਨਾ ਇਹਦਾ ਨਤੀਜਾ ਖੋਰ ਆ ਕਿਸ ਤਰੀਕੇ ਦਾ ਅਨਸੈਸਰੀ ਬਖੇੜਾ ਇਹ ਖੜਾ ਕਰਨ ਦੇ ਆ ਮਹ ਲੋ ਚਾਹੇ ਗਵਰਨਰ ਦੇ ਨਾਲ ਹੈਗਾ ਇਹਦਾ ਮਤਲਬ ਹੈਗਾ ਕਿ ਇਹਨਾਂ ਨੂੰ ਸੰਵਿਧਾਨਕ ਇੰਸਟੀਟਿਊਸ਼ਨ ਨੂੰ ਮੈਨੇਜ ਕਰਨ ਦਾ ਟੈਕਲ ਕਰਨ ਦਾ ਜਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਰਿਸਪੈਕਟ ਕਰਨੀ ਹੈ ਮੈਂ ਮਨ ਕੇ ਚੱਲਦਾ ਮੈਂ ਕਿ ਗਵਰਨਰ ਸਾਰੇ ਜਿਹੜੇ ਆ ਉਹ ਇਸ ਵੇਲੇ ਜਿਹੜੇ ਏਜੰਟ ਦਾ ਕੰਮ ਕਰਦੇ ਆ ਸੈਂਟ ਦਾ ਪਹਿਲਾਂ ਵੀ ਕਰਦੇ ਹੁੰਦੇ ਸੀਗੇ ਪਰ ਇਸ ਸਿੱਧੀ ਕਨਫਰਨਟੇਸ਼ਨ ਲੈ ਰਹੇ ਆ ਇਹ ਦਿੱਲੀ ਦੇ ਸਵਾਲ ਨੂੰ ਆਪਣੇ ਕਿਸੇ ਦੀ ਲੜਾਈ ਆ ਕਿਸੇ ਦਾ ਝਗੜਾ ਵਾ ਕਿਸੇ ਦੀ ਸਮੱਸਿਆ ਵਾ ਇਹ ਸਾਰਾ ਆਪਣੇ ਉੱਤੇ ਲੈ ਕੇ ਡਿੱਗਣ ਦੇ ਆ ਤੇ ਮੈਨੂੰ ਲੱਗਦਾ ਕਿ ਥੋੜਾ ਸਮਾਂ ਹੋਰ ਵੇਟ ਕਰ ਲੋ ਲੋਕੀ ਸਵਾਲ ਹੋਰ ਜਾਦੇ ਪੁੱਛਣਗੇ ਜੇ ਇਦਾਂ ਸਵਾਲਾਂ ਦੇ ਜਵਾਬ ਨਹੀਂ ਆਉਣਗੇ ਤੇ ਫਿਰ ਉਹਨਾਂ ਕੋਲ ਤਾਂ ਹੈਗਾ ਹੀ ਆ ਵੀ ਜੋ ਪਿੰਡਾਂ 'ਚ ਹਰਿਆਣੇ ਦੇ ਵਿੱਚ ਉਹਨਾਂ ਜੇਦੇ ਜੀ ਦਾ ਤੇ ਭੀਜਪੀ ਨੂੰ ਕਿਹਾ ਵੀ ਪਿੰਡਾਂ 'ਚ ਨਾ ਵੜੋ ਤੇ ਕੱਲ ਨੂੰ ਇਹਨਾਂ ਦਾ ਹਾਲ ਵੀ ਇਹ ਹੋ ਸਕਦਾ ਬਿਲਕੁਲ ਜਿੱਦ ਤੋਂ ਪ੍ਰੋਫੈਸਰ ਸਵਾਲ ਇਹ ਅੱਗੇ ਆਪਾਂ ਅੱਗੇ ਕਈ ਵਾਰੀ ਚਰਚਾ ਕੀਤੀ ਤੁਸੀਂ ਕਹਿੰਦੇ ਸੀ ਕਿ ਜਥੇਵੰਦਕ ਢਾਂਚਾ ਨਹੀਂ ਇਹਨਾਂ ਦਾ ਹੁਣ ਉਹ ਜਥੇਵੰਦਕ ਢਾਂਚੇ ਦਾ ਵਿਸਥਾਰ ਕਰ ਦਿੱਤਾ ਆ ਸੰਦੀਪ ਪਾਟਕ ਹੋਣਾਂ ਦੇ オリジナル ਸਾਈਨ ਮੈਂ ਦੇਖ ਰਿਹਾ ਸੀ ਕਿ ਨੀਲੇ ਪੈਨ ਨਾਲ ਨੇ ਤੇ ਮੁੱਖ ਮੰਤਰੀ ਸਾਹਿਬ ਦੇ ਉਹੀ ਜਿਹੜੇ ਕਾਪੀ ਪੇਸਟ ਵਾਲੇ ਹੁੰਦੇ ਨੇ ਉਹੀ ਸਾਈਨ ਉਹਨਾਂ ਲੈਟਰਸ ਦੇ ਉੱਤੇ ਆਏ ਨੇ ਤੇ ਉਹਦੇ ਵਿੱਚ ਕਾਰਜਕਾਰੀ ਪ੍ਰਧਾਨ ਬੋਧਰਾਮ ਸਾਹਿਬ ਨੂੰ ਬੜਾਇਆ ਗਿਆ ਤੇ ਬਾਕੀ ਹੋਰ ਨਾਲ ਲਾਏਗੇ ਨੇ ਯੂਥ ਦਾ ਪ੍ਰਧਾਨ ਲਾ ਦਿੱਤਾ ਗਿਆ ਇਹਨਾਂ ਨਿਯੁਕਤੀਆਂ ਨੂੰ ਕਿਵੇਂ ਦੇਖਿਆ ਜਾਵੇ ਕਿਉਂਕਿ ਬੋਧਰਾਮ ਜੀ ਜਿਹੜੇ ਨੇ ਉਹ ਐਸਸੀ ਕੋਟੇ ਵਿੱਚੋਂ ਆਉਂਦੇ ਨੇ ਲਗਾਤਾਰੇ ਮੰਗ ਉੱਠਦੀ ਸੀ ਕਿ ਐਸਸੀ ਕੋਟੇ ਚੋਂ ਤੁਸੀਂ ਉਪ ਮੁੱਖ ਮੰਤਰੀ ਕਿਉਂ ਨਹੀਂ ਬਣਾਉਂਦੇ ਕਿ ਇਹਦੇ ਨਾਲ ਇੰਨੀ ਕਚਰਾ ਜੁਈ ਕਰਨ ਦੇ ਨਾਲ ਪੰਜਾਬ ਦੇ ਵਿੱਚ ਅਗਲੀਆਂ ਲੋਕਲ ਚੋਣਾਂ ਵੀ ਆਉਣੇ ਲੋਕਲ ਬੋਡੀਜ਼ ਆਉਣੀਆਂ ਤੇ ਉਹਦੇ ਵਿੱਚ ਕੋਈ ਮਾਰਕਾ ਮਾਰਨ ਦੀ ਕੋਸ਼ਿਸ਼ ਹੈ ਜਾਂ ਫਿਰ ਉਦੋਂ ਅੱਗੇ ਦੀ ਸੋਚੀ ਜਾ ਰਹੀ ਹੈ 2024 ਨੂੰ ਲੈ ਕੇ ਢਾਂਚਾ ਇਹ ਨਹੀਂ ਹੁੰਦਾ ਮੈਂ ਫੜ ਕੇ ਸੁਖਵਿੰਦਰ ਸਿੰਘ ਨੂੰ ਪ੍ਰਧਾਨ ਬਣਾ ਦਵਾਂ ਹਾਂ ਜੇ ਹੋਰ ਬਣਾ ਦੇ ਉਹ ਢਾਂਚਾ ਨਹੀਂ ਹੈਗਾ ਠੀਕ ਹੈ ਤਾਕਤ ਦੇ ਵਿੱਚ ਹੈਗਾ ਤਾਕਤ ਦਾ ਐਡਵਾਂਟੇਜ ਹੁੰਦਾ ਜਿਹੜੀਆਂ ਖਾਸ ਕਰਕੇ ਮਿਊਨਿਸਪਲ ਕਮੇਟੀਆਂ ਆ ਕਾਰਪੋਰੇਸ਼ਨਸ ਹੈਗੀਆਂ ਵਾ ਪੰਚਾਇਤਾਂ ਵਿੱਚ ਪੁੱਛ ਜਿਹੜੀ ਸਰਕਾਰ ਹੋਵੇ ਉਹ ਉਹਨਾਂ ਦੀ ਲੋਕ ਚਲੇ ਜਾਂਦੇ ਆ ਪਰ ਇਹ ਬੁੱਧਰਾਮ ਜੀ ਨੂੰ ਬਣਾ ਦੇਣਾ ਚਾਹੇ ਉਹ ਦੂਸਰੇ ਹੋਣਾ ਨੂੰ ਬਣਾ ਦੇਣਾ ਇਹ ਢਾਂਜਾ ਵਾ ਉਹਨਾਂ ਲੋਕਾਂ ਦੀ ਸੋਇ ਇਹ ਤਾਂ ਜੋ ਸੈਕੰਡ ਟਾਈਮ ਬਣੇ ਜਿਹੜੇ ਦੂਸਰੇ ਬੰਦੇ ਹੈਗੇ ਆ ਇੱਕ ਦੋ ਨੂੰ ਤਾਂ ਮੈਂ ਜਾਣਦਾ ਵਾਂ ਵੀ ਕੀ ਉਹਨਾਂ ਕੋ ਕੋ ਪੋਲਿਟਿਕਲ ਕਪੈਸਿਟੀ ਹੈਗੀ ਆ ਕੀ ਉਹ ਪੇਟੀਲੀ ਆਰਟੀਕੂਲੇਟ ਹੈਗੇ ਆ ਇਹ ਉਹਨਾਂ ਦੀ ਪੋਲੀਟিক্যাল ਐਸਟੀਮੇਸੀ ਕਿ ਖਾਣਾ ਪੂਰਤੀ ਆ ਖਾਣਾ ਪੂਰਤੀ ਜਿਹੜੀ ਖਾਸ ਕਰਕੇ ਕਿਉਂਕਿ ਜਦੋਂ ਤਾਕਤ ਦੇ ਵਿੱਚ ਹੁੰਦੇ ਹੋ ਨਾ ਤਾਂ ਤੁਹਾਡਾ ਸਾਰਾ ਕੰਮ ਲੱਗਦਾ ਠੀਕ ਹੁੰਦਾ ਇਹ ਕੋਈ ਸਟਰਕਚਰ ਨਹੀਂ ਹੈ ਮੈਨੂੰ ਨਹੀਂ ਲੱਗਦਾ ਕਿ ਮਾਝੇ ਦੇ ਵਿੱਚ ਗੋਧਰਾਮ ਜੀ ਨੂੰ ਬਹੁਤ ਲੋਕੀ ਜਾਣਦੇ ਹੋਣਗੇ ਜਾਂ ਦੁਆਬੇ ਵਿੱਚ ਬਹੁਤ ਜਾਣਦੇ ਹੋਣਗੇ ਇਹੀ ਸਿਰਫ ਜਾਣਦੇ ਸੀਗੇ ਕਿ ਉਹ ਪ੍ਰਿੰਸੀਪਲ ਆ ਬਹੁਤ ਚੰਗੇ ਵਿਅਕਤੀ ਹੈਗੇ ਆ ਮੈਨੂੰ ਅੱਜ ਹੀ ਪਤਾ ਲੱਗਾ ਕਿ ਉਹ ਦਲਿਤ ਭਾਈਚਾਰੇ ਨਾਲ ਸੰਬੰਧ ਕਰਦੇ ਆ ਇਹ ਜ਼ਰੂਰ ਕਹੀ ਜਾਂਦੇ ਸੀ ਵੀ ਉਹਨਾਂ ਨੂੰ ਮੰਤਰੀ ਬਣਨਾ ਚਾਹੀਦਾ ਸੀ ਸੈਕੰਡ ਟਾਈਮ ਐਮ.ਐਲ.ਏ ਬਣੇ ਸੀਗੇ ਉਹਨਾਂ ਦਾ ਖਾਸ ਕਰਕੇ ਐਜੂਕੇਸ਼ਨ ਦੇ ਨਾਲ ਸੰਬੰਧ ਰਿਹਾ ਵਾ ਤੇ ਹੋ ਸਕਦਾ ਉਹਨੂੰ ਨਕਦਮਕ ਐਜੂਕੇਸ਼ਨ ਦਾ ਵਿਭਾਗ ਮੰਦਦੇ ਇਹ ਤਾਂ ਕੱਟ ਪੇਸ ਤੋਂ ਆ ਇਦਾਂ ਢਾਂਚਾ ਨਹੀਂ ਬਣਦਾ ਸੰਦੀਪ ਪਾਠਕ ਹੁਣ ਪੰਜਾਬ ਚ ਜਾਵੇ ਹਾਂ ਬੈਠੇ ਆ ਲੋਕਾਂ ਦੀਆਂ ਬੰਦੀਆਂ ਦੇ ਉੱਤੇ ਸੰਦੀਪ ਪਾਠਕ ਨੂੰ ਠੀਕ ਆ ਸੰਜੇ ਸਿੰਘ ਵੀ ਹੁੰਦੇ ਕੇਸ ਸਮੇਂ ਦੇ ਵਿੱਚ ਕਿੰਨਾ ਵੱਡਾ ਤਾਣਾ ਬਾਣਾ ਲੈ ਕੇ ਆਏ ਸੀ ਇਹ ਕੋਦੋਂ ਵੀ ਦੁਰਗੇਸ਼ ਪਾਠਕ ਸਾਹਿਬ ਹੁੰਦੇ ਸੀਗੇ ਜਾਂ ਹੋਰ ਵੀ ਹੁੰਦੇ ਸੀਗੇ ਸੋ ਇਹ ਠੀਕ ਆ ਇਹਨਾਂ ਨੂੰ ਲੱਗਾ ਕਿ ਉਹਨੂੰ ਬਣਾਉਣਾ ਚਾਹੀਦਾ ਕਟ ਪੇਸ਼ ਕਰਨੀ ਚਾਹੀਦੀ ਤੁਸੀਂ ਦੇਖਿਆ ਕਿ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾ ਕੇ ਲੋਕਾਂ ਨੇ ਕਹਿਤਾ ਜੀ ਮਾਸਟਰ ਸਟੋਕ ਹੈਗਾ ਔਰ ਸ਼ਾਇਦ ਮੈਂ ਉਸ ਵੇਲੇ ਵੀ ਕਿਹਾ ਸੀਗਾ ਵੀ ਬਿਲਕੁਲ ਨਹੀਂ ਹੈ ਇਹ ਬਿਲਕੁਲ ਨਹੀਂ ਹੈਗਾ ਇਹ ਬੈਕ ਫਾਇਰ ਕਰੂਗਾ ਉਹਦਾ ਕਾਰਨ ਇਹ ਕਿ ਹੈਗਾ ਕਿ ਇੰਡੀਵਿਜੂਅਲ ਪੋਲੀਟੀਕਲ ਆਟੋਨਮਸ ਹੋਏਗਾ ਤੁਸੀਂ ਇਹ ਨਹੀਂ ਕਿ ਦਲਿਤ ਭਾਈਚਾਰੇ ਨੂੰ ਆ ਦੇ ਦਿੱਤਾ ਤੇ ਮਿਨੋਰਟੀ ਨੂੰ ਆ ਦੇ ਦਿੱਤਾ ਦੁਆਬੇ ਨੂੰ ਆ ਦੇ ਦਿੱਤਾ ਮਾਲਵੇ ਨੂੰ ਆ ਦੇ ਦਿੱਤਾ ਮਾਝੇ ਨੂੰ ਇਦਾਂ ਕੰਮ ਨਹੀਂ ਚੱਲਦਾ ਇਹ ਉਹਨਾਂ ਲਈਆਂ ਦੇ ਪਏ ਆ ਜਿਨ੍ਹਾਂ ਦੀ ਰਵਾਇਤੀ ਪਾਰਟੀਆਂ ਪਈਆਂ ਸੀਗੀਆਂ ਇਹ ਉਹੀ ਸਾਰਾ ਹੈਗਾ ਉਸ ਕਿਸਮ ਦਾ ਢਾਂਚਾ ਹੁੰਦਾ ਜੇ ਥੱਲੇੋਂ ਇਹਨਾਂ ਦਾ ਚੁਣ ਕੇ ਆਉਂਦਾ ਕੋਈ ਪੈਨਲ ਬਣਦਾ ਕੀ ਭਗਵੰਤ ਸਿੰਘ ਮਾਨ ਚੁਣੇ ਹੋਏ ਪ੍ਰਧਾਨਵਾ ਕੀ ਕੇਦਰੀਵਾਲ ਚੁਣੇ ਹੋਏ ਨੈਸ਼ਨਲ ਪ੍ਰਧਾਨਵਾ ਕੀ ਦਰਗੇਸ਼ ਪਾਟਕ ਜੀ ਜਿਹੜੇ ਹੈਗੇ ਆ ਔਰ ਰਿਪਰੈਜ਼ੈਂਟੇਟ ਇਦਾਂ ਦੇ ਹੈਗੇ ਆ ਜਾਂ ਜਨਰਲ ਸੈਕਟਰੀ ਇਦਾਂ ਦੇ ਆ ਜਾਂ ਜਿਹੜੇ ਤੁਸੀਂ ਕਹਿੰਦੇ ਵੀ ਯੂਥ ਦਾ ਬੰਦਾ ਬਣਾਇਆ ਵਾ ਕਿ ਯੂਥ ਨੇ ਚੁਣਿਆ ਉਹਨਾਂ ਨੂੰ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਯੂਥ ਦੀ ਡੈਫੀਨੇਸ਼ਨ ਕੀ ਹੁੰਦੀ ਆ ਜਾਂ ਤੁਸੀਂ ਇਹਨੇ ਸਵਾਲ ਪੁੱਛ ਲਓ ਵੀ ਯੂਥ ਦੇ ਕਿਹੜੇ ਸੀਰੀਅਸ ਇਸ਼ੂਸ ਹੈਗੇ ਆ ਜਾ ਯੂ ਦੀ ਪਰਸੈਂਟੇਜ ਕਿੰਨੀ ਹੈਗੀ ਉਹ ਬਣੀਆਂ ਬਣੀਆਂ ਗੱਲਾਂ ਤਾਂ ਜ਼ਰੂਰ ਹੋਣਗੀਆਂ ਤੋ ਇਸ ਕਰਕੇ ਠੀਕ ਆ ਖਾਣਾ ਪੂਰਤੀ ਕੀਤੀ ਜਿੱਦਾਂ ਦੂਸਰੀਆਂ ਪਾਰਟੀਆਂ ਕਰਦੀ ਆ ਉਹ ਉਹ ਐਸਐਲ ਦੇ ਵਿੱਚ ਇਹ ਉਸੇ ਰਾਹ ਤੁਰੇ ਜਾਣ ਲਈ ਆ ਆਲਟਰਨੇਟਿਵ ਪਾਵਰ ਵਾਲੇ ਪਾਸੇ ਤੁਰੇ ਜਾਣ ਲਈ ਆ ਕਿਉਂਕਿ ਇਹਨਾਂ ਦਾ ਮਕਸਦ ਸਿਰਫ ਤਾਕਤ ਨੂੰ ਹਥਿਆਉਣ ਵਾਲਾ ਪਾਸਾ ਹੀ ਹੋ ਗਿਆ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਅਕਾਲੀਆਂ ਨਾਲ ਕਾਂਗਰਸੀਆਂ ਨਾਲ 30 30 40 40 ਸਾਲ ਤੋਂ ਸਰਪੰਚ ਉੱਥੇ ਜੁੜੇ ਸੀਗੇ ਉਹ ਜੀ ਸਾਰੇ ਦਾ ਸਾਰਾ ਆਮ ਆਦਮੀ ਪਾਰਟੀ 'ਚ ਆ ਗਏ ਇਹ ਹੁਣ ਵਾਸ਼ਿੰਗ ਮਸ਼ੀਨ ਵਾਲਾ ਕੰਮ ਹੋ ਰਿਹਾ ਇਸ ਕਰਕੇ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ ਇੱਕ ਵਾਸ਼ਿੰਗ ਮਸ਼ੀਨ ਵੱਡੀ ਮਸ਼ੀਨ ਵਾ ਇਹ ਵਾਸ਼ਿੰਗ ਮਸ਼ੀਨ ਜਿਹੜੀ ਆ ਇਹ ਛੋਟੀ ਮਸ਼ੀਨ ਬਣ ਰਹੀ ਆ ਆਪਾਂ ਉੱਥੇ ਵੀ ਵੇਖਿਆ ਜਲੰਧਰ ਦੇ ਵਿੱਚ ਵੇਖਿਆ ਇਹਨਾਂ ਕੋਲ ਬੰਦਾ ਹੀ ਹੈ ਨਹੀਂ ਸੀ ਕੋਈ ਐਮਪੀ ਦੀ ਇਲੈਕਸ਼ਨ ਲੜਨ ਦਾ ਔਰ ਇਹ ਤਾਂ ਕਹਾਂ ਡਰਾਮਾ ਹੋਰ ਸ਼ੁਰੂ ਹੋਣਾ ਵਾ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਆਉਣੀ ਆ ਉਦੋਂ ਕੀ ਹੁੰਦਾ ਇਹ ਤਾਂ ਸਾਰਾ ਜ਼ੋਰ ਲਾ ਕੇ ਜਲੰਧਰ ਤੇ ਕੱਢ ਲਿਆ ਚਲੋ ਇਹਨਾਂ ਨੇ ਕੰਮ ਵੀ ਕੀਤੇ ਆਪਾਂ ਮੰਨ ਲਈਏ ਇਹਨਾਂ ਨੇ ਕੰਮ ਕੀਤੇ ਆ ਪਹਿਲੇ ਨਾਲੋਂ ਚੰਗੇ ਕੀਤੇ ਇਹ ਮਨਸਰ ਲਸਨ ਚ ਲੋਕਾਂਵਲੀ ਆਸ ਇਹਨਾਂ ਦੀ ਕੋਲ ਵੀ ਇਹ ਪਹਿਲੇ ਜਿਹੜੇ ਸੀ ਉਹ ਬਹੁਤ ਹੀ ਜ਼ਿਆਦਾ ਥੱਲੇ ਆ ਗਏ ਸੀਗੇ ਬਹੁਤ ਹੀ ਜ਼ਿਆਦਾ ਉਹਨਾਂ ਦਾ ਮਤਲਬ ਲੋਕੀ ਉਹਨਾਂ ਤੋਂ ਦੁਖੀ ਹੋ ਗਏ ਸੀ ਇਹਨਾਂ ਨੇ ਥੋੜਾ ਕੰਮ ਕੀਤਾ ਪਰ ਤੁਸੀਂ ਦੇਖੋ ਕਿ ਜਿਹੜਾ ਇਹਦਾ ਮੋਸਟ ਫੇਵਰੇਟ ਬੰਦਾ ਸੀ ਸੰਗਰੂਰ ਦੇ ਵਿੱਚ ਕਿਸ ਤਰੀਕੇ ਨਾਲ ਉਹਦਾ ਕੀ ਹਾਲ ਹੋਇਆ ਜਲੰਧਰ 'ਚ ਤੁਸੀਂ ਵੀ ਗਏ ਹੋ ਮੈਂ ਵੀ ਜਾਂਦਾ ਰਹਿੰਦਾ ਤੇ ਜ਼ੋਰ ਲੱਗਿਆ ਾਡੀਆਂ ਤੱਕ ਉਹ ਸੀਟ ਨੂੰ ਜਿਤਾਉਣ ਵਾਸਤੇ ਤੇ ਕੱਲ ਨੂੰ ਜਦੋਂ ਦੂਸਰੀ ਹੋਣੀ ਇਹ ਟਾਂਚੇ ਟੂੰਚੇ ਨਹੀਂ ਚੱਲਣੇ ਮੈਂ ਮੋٹے ਤੌਰ ਦੇਤੇ ਪ੍ਰਧਾਨ ਉਹ ਹੁੰਦਾ ਵਾ ਜਿਹਦੀ ਕੋਈ ਬੈਕਗ੍ਰਾਉਂਡ ਹੋਵੇ ਜਿਹੜੇ ਕੋ ਪੋਲੀਟਿਕਲ ਜਿਹੜੀ ਹੈਗੀ ਉਹ ਮੋਬਿਲੇਸ਼ਨ ਕਰ ਸਕਦਾ ਹੋਵੇ ਜਿਹੜਾ ਲੋਕਾਂ ਸਾਰੇ ਪੰਜਾਬ ਦੇ ਵਿੱਚ ਜਾਣਿਆ ਜਾਂਦਾ ਹੋਵੇ ਤਾਂ ਮੈਂ ਗਲਤ ਕਹਿ ਸਕਦਾ ਵੀ ਪਤਾ ਨਹੀਂ ਕਿੰਨੇ ਕੁ ਲੋਕੇ ਠੀਕ ਆ ਕਿ ਜੋ ਪ੍ਰਧਾਨ ਸਾਹਿਬ ਜਾਇਆ ਕਰਨਗੇ ਬਟਾਲੇ ਚ ਅੰਮ੍ਰਿਤਸਰ ਚ ਲੋਕੀ ਹਾਰ ਪਾ ਦਿਆ ਕਰਨਗੇ ਲੋਕੀ ਮਗਰ ਮਗਰ ਤੁਰੇ ਫਿਰਨਗੇ ਪਰ ਅਲਟੀਮੇਟਲੀ ਜਿਹੜਾ ਮਾਨਸਿਕਤਾ ਵਾਲਾ ਪਾਰਟ ਹੈ ਨਾ ਉਹ ਉੱਥੇ ਖੜਿਆ ਮਾਨਸਿਕਤਾ ਤੋਂ ਭਾਵ ਇਹ ਹੈਗਾ ਕਿ ਜਦੋਂ ਇਹ ਜਿਹੜਾ ਖਾਸ ਕਰਕੇ ਜੀ ਇਹ ਬਦਲਤ ਭਾਈਚਾਰੇ ਦੇ ਬੰਦੇ ਨੂੰ ਅਸੀਂ ਬਣਾ ਦਿੱਤਾ ਹੋ ਕੰਮ ਕਿਉਂ ਨਹੀਂ ਕਹਿੰਦੇ ਵੀ ਉਹ ਕੰਪੀਟੈਂਟ ਸੀਗਾ ਉਹ ਪ੍ਰਿੰਸੀਪਲ ਸੀਗਾ ਹੋ ਸਕਦਾ ਇਹਨਾਂ ਨੇ ਸਾਰਿਆਂ ਨੇ ਪੜਿਆ ਮੈਨੂੰ ਨਹੀਂ ਪਤਾ ਭਗਵੰਤ ਮਾਨ ਹੋਣਾ ਨੇ ਸ਼ਾਇਦ ਐਮਪੀਏ ਕੀਤੀ ਆ ਜਾਂ ਕਿਤੇ ਅਮਰੀਕਾ ਚੋਂ ਪੜ੍ਹ-ਪੜ੍ਹ ਕੇ ਆਏ ਇਹ ਮੈਨੂੰ ਕੁਆਲੀਫਿਕੇਸ਼ਨ ਦਾ ਬਹੁਤਾ ਪਤਾ ਨਹੀਂ ਹੈ ਪਰ ਇਹ ਬੰਦਾ ਤਾਂ ਜੇ ਪ੍ਰਿੰਸੀਪਲ ਹੈ ਹੈਗੇ ਤੇ ਪੜੇ ਹੋਣਗੇ ਪੋਸ ਗ੍ਰੈਜੂਏਟ ਹੋਣਗੇ ਬਾਕੀ ਤਾਂ ਬਹੁਤੇ ਬੰਦੇ ਜਿਹੜੇ ਇਹਨਾਂ ਦੇ ਹੈਗੇ ਮੈਨੂੰ ਨਹੀਂ ਲੱਗਦਾ ਕਿ ਉਹ ਬੀਏ ਵਾਲਾ ਵੀ ਹੋਵੇ 10ਵੀਂ 8ਵੀਂ 10ਵੀਂ ਵਾਲੇ ਤਾਂ ਕਾਫੀ ਲੋਕ ਹੈਗੇ ਉਹਦੇ ਵਿੱਚੋਂ ਕਰਕੇ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਕੋਈ ਬਹੁਤ ਵੱਡਾ ਜਿਹੜਾ ਹੈ ਖਬਰ ਜ਼ਰੂਰ ਬਣ ਗਈ ਆ ਪਰ ਇਹਦੇ ਨਾਲ ਕੋਈ ਬਹੁਤ ਵੱਡਾ ਮਾਰਕਾ ਵੱਜੂਗਾ ਜਾਂ ਪਾਰਟੀ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਥੱਲੇ ਆਉਣੇ ਚਾਹੀਦੇ ਆ ਗਰਾਸ ਰੂਟ ਲੈਵਲ ਤੋਂ ਆਉਣੇ ਚਾਹੀਦੇ ਆ ਉਹਨਾਂ ਦੀ ਕੋਈ ਜਿਹੜੀ ਟ੍ਰੇਨਿੰਗ ਇਸ ਕਿਸਮ ਦੀ ਹੋਵੇ ਇਹ ਨਹੀਂ ਕਿ ਟ੍ਰੇਨਿੰਗ ਆ ਦਿੱਲੀੋਂ ਚਾਰ ਬੰਦੇ ਆਏ ਬੈਗ ਮੋਢੇ ਤੇ ਪਾ ਕੇ ਐਨਕਾ ਲਾ ਕੇ ਉੱਥੇ ਬਿਠਾ ਲ ਕੇ ਤੇ ਦੱਸਤਾ ਜੀ ਕੰਪਿਊਟਰ ਦੇ ਉੱਤੇ ਆ ਕਰ ਲੋ ਆ ਕਰ ਲੋ ਸਮਸਿਆ ਇਹ ਹੈਗੀ ਆ ਕਿ ਪੰਜਾਬ ਦਾ ਜਿਹੜਾ ਸੋਸ਼ਲ ਸਿਸਟਮ ਹੈ ਸਟਰਕਚਰ ਵਾ ਲੋਕ ਹੈ ਲੋਕਾਂ ਦੀਆਂ ਭਾਵਨਾਵਾਂ ਹੈ ਲੋਕਾਂ ਦਾ ਪੋਲਿਟਿਕਲ ਐਟੀਟਿਊਡ ਹੈ ਉਹਦੇ ਵਿੱਚ ਹੀ ਆਪਣੇ ਆਪ ਨੂੰ ਕਿੱਦਾਂ ਅਡਾਪਟ ਕਰਦੇ ਆ ਕਿੱਦਾਂ ਲੈ ਕੇ ਚੱਲਦੇ ਆ ਪੰਜਾਬ ਦੇ ਵਿੱਚ ਅਜੇ ਵੀ ਆਪਾਂ ਸਾਰੇ ਜਾਣਦੇ ਆ ਕਿ ਅਜੇ ਵੀ ਜਿਹੜਾ ਸਾਡਾ ਕਾਸਟਿਸਟ ਮਾਈਂਡਸੈਟ ਹੈਗਾ ਵਾ ਕਿ ਜਿਹਦੇ ਵਿੱਚ ਐਕਸੈਪਟੇਬਿਲਟੀ ਹੁੰਦੀ ਨਾ ਜਦੋਂ ਆਪਾਂ ਇਦਾਂ ਦੀ ਗੱਲ ਕਰਦੇ ਆ ਪਾਰਟੀਆਂ ਆਪਣਾ ਜਗਾਲ ਲਾ ਦੇਂਦੀਆਂ ਵਾ ਤੁਸੀਂ ਦੇਖਿਆ ਹੋਣਾ ਕਾਂਗਰਸ ਨੇ ਜਾਂਦੇ ਜਾਂਦੇ ਮਗਲੇ ਦਿਨਾਂ 'ਚ ਕਿੰਨੇ ਉਹ ਵਰਕਿੰਗ ਪ੍ਰਧਾਨ ਬਣਾਤੇ ਸੀ ਮਾਝੇ ਤੋਂ ਵਿੱਚ ਸੀਗਾ ਉਹ ਵੀ ਕਹਿੰਦੇ ਸੀ ਆਪਣਾ ਦਲਤ ਭਾਈਚਾਰੇ ਦਾ ਸੀਗਾ ਐਮਐਲਏ ਸੀਗਾ ਫਿਰ ਉਹ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਤਾ ਇਹਦੋਂ ਇੱਕ ਮੇਰੇ ਖਿਆਲ ਉਹ ਅੱਗੇ ਫਤੇਗੜ ਸਾਹਿਬ ਵਾਲੇ ਆ ਗਏ ਇਦਾਂ ਦੇ 4-5 ਆਏ ਕਿੱਥੇ ਰਹਿ ਮੁੜਕੇ ਤੋਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਕੋਈ ਬਹੁਤਾ ਫਰਕ ਪਾਊਗਾ ਰਾਦਰੇ ਦੇ ਨਾ ਦਿਨਾਂ ਦੀ ਪੋਜੀਸ਼ਨ ਹੋਰ ਜਿਹੜੀ ਹੈਗੀ ਆ ਉਹ ਚੈਲੈਂਜਿੰਗ ਹੋਊਗੀ ਪ੍ਰੋਫੈਸਰ ਜਦੋਂ ਅਸੀਂ ਗੱਲ ਬਦਲਾਅ ਦੀ ਕਰਦੇ ਹਾਂ ਜਾਂ ਨੈਤਿਕਤਾ ਦੀ ਹੁੰਦੀ ਹੈ ਜਾਂ ਕੱਟੜ ਇਮਾਨਦਾਰੀ ਦੀ ਹੁੰਦੀ ਹੈ ਇਹ ਸਭ ਦੇ ਇਹਨਾਂ ਨਹੀਂ ਦਿੱਤੇ ਨੇ ਪਰ ਲੋਕਾਂ ਦੇ ਵਿੱਚ ਹੁਣ ਸਵਾਲ ਇਸ ਗੱਲ ਨੂੰ ਲੈ ਕੇ ਵੀ ਉੱਠਦੇ ਨੇ ਕਿ ਜਦੋਂ ਇਹਨਾਂ ਨੇ ਸਾਫ਼ ਤੌਰ ਤੇ ਮੰਨਿਆ ਕਿ ਮੰਤਰੀ ਵਿਜੇ ਸਿੰਘਲਾ ਰਿਸ਼ਵਤ ਲੈਂਦੇ ਸੀ ਜਾਂ ਮੇਰੇ ਅੱਗੇ ਉਹਨਾਂ ਨੇ ਮੰਨਿਆ ਆ ਅਸਤੀਫਾ ਕਿਉਂ ਨਹੀਂ ਲਿਆ ਗਿਆ ਜੇ ਪੋਜਾ ਸਿੰਘ ਸਰਾਰੀ ਦਾ ਮਸਲਾ ਉੱਠਿਆ ਮਤਲਬ ਕਿ ਸੀਟ ਤੋਂ ਅਸਤੀਫਾ ਐ ਮੰਤਰੀਸ਼ਿਪ ਤੋਂ ਤਾਂ ਲੈ ਲਿਆ ਕੀ ਅਸਤੀਫਾ ਦੇਣ ਦਾ ਹੱਕ ਨਹੀਂ ਬਣਦਾ ਐਮਐਲਏ ਦੀ ਕੁਰਸੀ ਤੋਂ ਕੀ ਉਹ ਤੇ ਦੁਬਾਰਾ ਉਪਚੋਣ ਨਹੀਂ ਹੋਣੀ ਚਾਹੀਦੀ ਪੋਜਾ ਸਿੰਘ ਸਰਾਰੀ ਦੇ ਮਸਲੇ ਸਿਰਫ ਮੰਤਰੀ ਦਾ ਅਸਤੀਫਾ ਲੈ ਅੱਗੇ ਕੁਝ ਨਹੀਂ ਹੋਇਆ ਜੇ ਅਮਿਤ ਰਤਨ ਨੂੰ ਉਹਦੇ ਖਿਲਾਫ ਚਲਾਨ ਪੇਸ਼ ਹੋ ਗਿਆ ਇਹਨਾਂ ਦੇ ਐਮਐਲਏ ਦੇ ਖਿਲਾਫ ਉਬਾਰ ਵੀ ਆ ਗਿਆ ਪਰ ਉਸ ਤੋਂ ਬਾਅਦ ਕੀ ਐਮਐਲਏ ਦੀ ਗੱਦੀ ਤੋਂ ਅਸਤੀਫਾ ਦੇਣਾ ਨਹੀਂ ਬਣਦਾ ਹੁਣ ਬੀਬੀ ਮਾਨੁਕੇ ਦੇ ਉੱਤੇ ਉਂਗਲ ਉਠਰੀ ਆ ਕਿ ਉਹਨਾਂ ਦਾ ਕੋਈ ਇਹੋ ਜਿਹਾ ਨੈਤਿਕਤਾ ਦੇ ਆਧਾਰ ਦੇ ਉੱਤੇ ਸਪਸ਼ਟਕਰਨ ਤਾਂ ਦੇ ਰਹੇ ਨੇ ਉਹ ਪਰ ਉਹ ਪਰਿਵਾਰ ਜਿਵੇਂ ਧਰਲੇ ਕੱਢ ਰਿਹਾ ਜਿਸ ਤਰੀਕੇ ਨਾਲ ਸਰਕਾਰ ਦੇ ਅਕਸ ਦੇ ਉੱਤੇ ਸਵਾਲ ਉੱਠਦੇ ਨੇ ਕਿ ਫਿਰ ਫਰਕ ਕੀ ਰਿਹਾ ਕੀ ਮਤਲਬ ਕਿ ਮੈਂ ਇਹ ਸਮਝਣਾ ਚਾਹੁੰਦਾ ਕਿ ਜੇ ਇਹ ਕਹਿਣ ਕਿ ਜੀ ਇਹਦੇ ਨਾਲ ਖਜ਼ਾਨੇ ਤੇ ਬੋਝ ਪਏਗਾ ਕਿ ਇਸ ਗੱਲ ਦਾ ਡਰ ਪੈ ਵੀ ਹੈ ਅੰਦਰ ਕਿ ਜੇ ਦੁਬਾਰਾ ਮੈਦਾਨ ਦੇ ਵਿੱਚ ਆਏ ਤਾਂ ਪਤਾ ਨਹੀਂ ਕਿਸ ਤਰ੍ਹਾਂ ਦਾ ਅਸਰ ਹੋਏਗਾ ਨਹੀਂ ਖਜ਼ਾਨੇ ਦਾ ਭਾਰ ਇੱਤੇ ਨਹੀਂ ਪੈਣਾ ਖਜ਼ਾਨਾ ਤਾਂ ਜਿਹੜੀ ਉਹ ਇਲੈਕਸ਼ਨ ਤਾਂ ਸੈਂਟਰਲ ਗਵਰਨਮੈਂਟ ਨੇ ਕਰਾਉਣੀਆਂ ਹੁੰਦੀਆਂ ਉਹ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕਰਾਉਣੀਆਂ ਹੁੰਦੀਆਂ ਮੈਂ ਇੱਥੇ ਦਾਖਲ ਖਾਸ ਕਰਕੇ ਜਿਹੜਾ ਤੁਸੀਂ ਲਾਸਟ ਦੱਸਿਆ ਜਗਰਾ कल इथे एक सिगा विवाह ਦੇ ਵਿੱਚ ਕਾਫੀ ਲੋਕ ਇਕੱਠੇ ਹੋਏ ਸੀਗੇ। ਔਰ ਉਹਦੇ ਵਿੱਚ ਸਵਾਲ ਡਿਸਕਸ ਕਰ ਰਹੇ ਸੀਗੇ। ਔਰ ਇਹ ਪੁੱਛ ਰਹੇ ਸੀਗੇ ਕਿ ਵਾਕਿਆ ਠੀਕ ਹੈ ਮੈਂ ਕਿਹਾ ਮੈਨੂੰ ਤਾਂ ਬਹੁਤਾ ਪਤਾ ਨਹੀਂ ਆ। ਔਰ ਜੇ ਪੰਜਾਬੀ ਚ ਕਹਿ ਲਿਓ ਕਿ ਅਸੀਂ ਇਹਨਾਂ ਦੀ ਇਨਿਯਮਤ ਕੀਤੀ ਤੋਏ ਤੋਏ ਹੋ ਰਹੀ ਸੀ। ਉਹ ਗੱਲ ਸੱਚੀ ਆ ਝੂਠੀ ਆ ਮੈਨੂੰ ਬਹੁਤਾ ਪਤਾ ਨਹੀਂ। ਚੀਫ ਮਿੰਿਸਟਰ ਦਫ਼ਤਰ ਦੇ ਵਿੱਚੋਂ ਜਾਂ ਹੋਰ ਕਿਹ ਦਫ਼ਤਰ ਤੋਂ ਸਟੇਟਮੈਂਟ ਆਉਣੀ ਚਾਹੀਦੀ ਸੀ ਕਿ ਜੋ ਇਹ ਪ੍ਰਚਾਰ ਹੋ ਰਿਹਾ ਵਾ ਉਹ ਠੀਕ ਨਹੀਂ ਹੋ ਰਿਹਾ ਜੇ ਉਹ ਗੱਲ ਗਲਤ ਵਾ। ਜਿਉਂ ਕਰ ਠੀਕ ਹੈ ਗਿਆ ਤਾਂ ਉਥੇ ਕਹਿ ਦਿੰਦੇ ਵੀ ਆਹ ਲੋ ਜੀ ਆਪਣੀਆਂ ਚੁੱਕੋ ਚਾਬੀਆਂ ਅਸੀਂ ਮੋਰੈਲਟੀ ਵਾਲਾ ਪਾਸਾ ਸੀ ਮੋਰੈਲਟੀ ਤਾਂ ਪਹਿਲੇ ਦਿਨ ਤੋਂ ਕੀ ਸ਼ਾਂਤੀ ਪੂਸ਼ਨ ਸਾਹਿਬ ਜਿਹੜੇ ਸੀਗੇ ਉਹ ਔਨੈਸਟ ਨਹੀਂ ਸੀਗੇ ਮੈਂ ਸਵਾਲ ਰੇਜ਼ ਕਰਦੇ ਆ ਕੀ ਪ੍ਰਸ਼ਾਂਤ ਪੂਸ਼ਨ ਜਿਹੜੇ ਔਨੈਸਟ ਨਹੀਂ ਸੀਗੇ ਇਹਨਾਂ ਨੂੰ ਪੁੱਛੋ ਕੀ ਐਡਮਿਨਰ RAMਦਾਸ ਜਿਹੜੇ ਪਾਰਟੀ ਦੇ ਓਮਬਡਸਮੈਨ ਸੀਗੇ ਜਿਨ੍ਹਾਂ ਨੇ ਪਾਰਟੀ ਦੇ ਖਰਚਿਆਂ ਦਾ ਇਹਨਾਂ ਤੋਂ ਹਿਸਾਬ ਲੈਣਾ ਸੀਗਾ ਕੀ ਉਹ ਇਮਾਨਦਾਰ ਨਹੀਂ ਸੀਗੇ ਕੀ ਜਗਿੰਦਰ ਯਾਦਵ ਜਿਹੜਾ ਸੀ ਡਿਸੋਨੈਸ ਸੀਗਾ ਪ੍ਰੋਫੈਸਰ ਆਨੰਦ ਕੁਮਾਰ ਜਿਹੜਾ ਹੈਗਾ ਸੀ ਉਹ ساری ਉਮਰ ਜਿਹੜੀ ਹੈਗੀ ਸੀ ਉਹ ਬੰਦੇ ਨੇ ਆਪਣੀ ਲਾ ਦਿੱਤੀ ਕਿ ਉਹ ਡਿਸੋਨੈਸ ਸੀਗਾ ਫਿਰ ਐਲਕੇ ਜਹਾਂ ਸਾਹਿਬ ਡਿਸੋਨੈਸ ਸੀਗੇ ਸੁਚਾ ਸਿੰਘ ਛੋਟੇ-ਪੋਟੇ ਡਿਸੋਨੈਸ ਸੀਗੇ ਤਾਂ ਕਟੜ ਇਮਾਨਦਾਰੀ ਇਮਾਨਦਾਰ ਮੰਦਰ ਹੁੰਦਾ ਕਟੜ ਦਾ ਕੋਈ ਮਕਸਦ ਨਹੀਂ ਹੁੰਦਾ ਇਹ ਕਟੜ ਦਾ ਜਿਹੜੇ ਪ੍ਰੀਫਿਕਸਿੰਗ ਆ ਨਾ ਆਪਾਂ ਨੂੰ ਪਤਾ ਹੁੰਦਾ ਕਿ ਜਦੋਂ ਆਪਾਂ ਕਿਸੇ ਗੱਲ ਦੇ ਵਿੱਚ ਕਾੜੇ ਹੁੰਦੇ ਤਾਂ ਆਪਾਂ ਬਹੁਤ ਜ਼ੋਰ ਲਾਉਨੇ ਆ ਜਿਹੜਾ ਬੰਦਾ ਝੂਠਾ ਹੁੰਦਾ ਨਾ ਉਹ ਬਹੁਤ ਜ਼ੋਰ ਦੇ ਨਾਲ ਆਪਣੀ ਗੱਲ ਜਿਹੜੀ ਹੈਗੀ ਹੈ ਨਾ ਉਹ ਰੱਖਣ ਦੀ ਗੱਲ ਕਰਦਾ ਹੂੰ ਤਾਂ ਇਸ ਕਰਕੇ ਇਹ ਤਾਂ ਜਿਹੜਾ ਠੀਕ ਆ ਲੈ ਆਉਂਦੇ ਹਰ ਕੋਈ ਤੁਸੀਂ ਟਰਮਾਂ ਨਵੀਆਂ ਲਿਆਓ ਇਹ ਦੱਸਣ ਵਾਸਤੇ ਵੀ ਅਸੀਂ ਬਹੁਤ ਕਟੜ ਇਮਾਨਦਾਰ ਆ ਕਟੜ ਇਮਾਨਦਾਰੀ ਇਹਨਾਂ ਦੀ ਦਿੱਲੀ 'ਚ ਵੀ ਦਿਖਾਈ ਦੇ ਰਹੀ ਆ ਠੀਕ ਆ ਨਾ ਦੋ ਬੰਦੇ ਦੀ ਜ਼ਮਾਨਤ ਨਹੀਂ ਹੋ ਰਹੀ ਹੋਰ ਕਈਆਂ ਦੀ ਵਾਰੀ ਆਉਣ ਵਾਲੀ ਆ ਬਹੁਤ ਛੇਤੀ ਜਿਹੜਾ ਉੱਥੋਂ ਦੇ ਲੋਕ ਦੱਸਦੇ ਆ ਦਿੱਲੀ ਵਾਲੇ ਇਹਨਾਂ ਦੇ ਜਾਣਕਾਰ ਸੂਤਰ ਜਿਹੜੇ ਹੈਗੇ ਆ ਕਿ ਉਹ ਇਹਨਾਂ ਦੇ ਦਿਵਾਲੇ ਹੋਏ ਭਾਵੇਂ ਕਿ ਉਹ ਵੀ ਦੁੱਧ ਤੋਤੇ ਨਹੀਂਗੇ ਜਿਹੜੇ ਬੀਜੇਪੀ ਵਾਲੇ ਹੈਗੇ ਆ ਉਹ ਵੀ ਬਿਲਕੁਲ ਦੁੱਧ ਤੋਤੇ ਨਹੀਂ ਹੈਗੇ ਪਰ ਉਥੇ ਕਿਉਂ ਨਹੀਂ ਇਹਨਾਂ ਨੂੰ ਕੋਰਟਸ ਕਿਉਂ ਨਹੀਂ ਇਹਨਾਂ ਨੂੰ ਰਿਲੀਫ ਦੇਣ ਦੀਆਂ ਇਹ ਦੂਸਰੀ ਗੱਲ ਤੁਸੀਂ ਜਿਆਦਾ ਸਿਆਣੇ ਜੋ ਕੀ ਹੁਣ ਸਾਰਾ ਕੰਮ ਤਹਿਸੀਲਾਂ ਦੇ ਵਿੱਚ ਰਜਿਸਟਰੀਆਂ ਜਾਂ ਹੋਰ ਕੰਮ ਉਹ ਮੰਦਰੀ ਨਾ ਹੋ ਰਿਹਾ ਵਾ ਕੀ ਬਦਲੀਆਂ ਟਰਾਂਸਫਰ ਮੰਦਰੀ ਨਾ ਹੋ ਰਹੀਆਂ ਵਾ ਕੀ ਅਬਰੈਪਟਲੀ ਜਿਹੜੀਆਂ ਹੈਗੀਆਂ ਵਾ ਮੰਤਰੀ ਹਟਾਏ ਗਏ ਆ ਇਹ ਇੱਕ ਕੇਸ ਚੀਜ਼ ਨੂੰ ਰਿਫਲੈਕਟ ਕਰਦੇ ਆ ਇੱਕ ਮੰਤਰੀ ਬਹੁਤ ਵਧੀਆ ਕੰਮ ਕਰ ਰਿਹਾ ਵਾ ਹੈ ਔਰ ਉਹਨੂੰ ਇਨਾ ਇੰਪੋਰਟੈਂਟ ਉਹਦਾ ਡਿਪਾਰਟਮੈਂਟ ਆ ਤੁਸੀਂ ਇੱਕਦਮ ਡਾਈਵਰਸਟ ਕਰਕੇ ਉਹਨੂੰ ਜਿਹੜਾ ਹਥਲ ਕਰਕੇ ਬਿਠਾਲ ਦੋ ਕਰਦੇ ਵਿੱਚ ਸਭ ਕੁਝ ਠੀਕ ਨਹੀਂ ਹੈਗਾ ਇਸ ਮਾਮਲੇ ਦੇ ਵਿੱਚ ਇਮਾਨਦਾਰੀ ਦਾ ਪਟਡੋਰਾ ਨਹੀਂ ਪਟਣਾ ਚਾਹੀਦਾ ਇਹਨਾਂ ਨੂੰ ਢਾਂਚਾगत ਸੁਧਾਰਾਂ ਦੇ ਜ਼ੋਰ ਦੇਣਾ ਚਾਹੀਦਾ ਸਟ੍ਰਕਚਰਲ ਰਿਫਾਰਮ ਜਿਹੜੇ ਹੈਗੇ ਆ ਉਹਦੇ ਉੱਤੇ ਜ਼ੋਰ ਦੇਣਾ ਚਾਹੀਦਾ ਹੈ ਲੋਕਾਂ ਨਾਲ ਇੰਟਰੈਕਟ ਕਰਨਾ ਚਾਹੀਦਾ ਹੈ ਲੋਕਾਂ ਕੋਲ ਫੀਡਬੈਕ ਲੈਣੀ ਚਾਹੀਦੀ ਹੈ ਕਿ ਇਹ ਫੀਡਬੈਕ ਲਈ ਪਾਰਟੀਆਂ ਕਿ ਬੋਧਰਾਮ ਸਿੰਘ ਨੂੰ ਜਿਹੜਾ ਹੈਗਾ ਸੀਗਾ ਪ੍ਰਧਾਨ ਬਣਾਉਣਾ ਚਾਹੀਦਾ ਵਾ ਜਿਹੜਾ ਜੂਥ ਦਾ ਬਣਾਇਆ ਵਾ ਕਿ ਇਹਨਾਂ ਦੇ ਜੂਥ ਵਿੰਗ ਨੇ ਉਹਦੇ ਉੱਤੇ ਇਹਨਾਂ ਨੇ ਉਹ ਕਰਾਇਆ ਜਿਹੜਾ ਹੁੰਦਾ ਸੀ ਉਹ ਕਹਿੰਦੇ ਨੇ ਬਟਨ ਦੱਬੋ ਜਿਹੜਾ ਹੁੰਦਾ ਹੈ ਨਾ ਕਿਸੇ ਸਮੇਂ ਦੇ ਵਿੱਚ ਸਵਿਚ ਦਬੋ ਬਟਨ ਦਬੋ ਜੀ ਆਪਣੀ ਰਾਏ ਦਿਓ ਜਿਹਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਣਾਇਆ ਸੀ ਨਾ ਉਹਨੂੰ ਕਹਿੰਦੇ ਨੇ ਬਟਨ ਦਬਾਇਆ ਸੀ ਕਹਿਣੀ ਕਥਨੀ 'ਚ ਫਰਕ ਆਉਣਾ ਸ਼ੁਰੂ ਹੋ ਗਿਆ ਔਰ ਇਹ ਨਾਲ ਹੀ ਸੁਇਸਾਈਡਲ ਹੈ ਸਸਟੇਨੇਬਲ ਨਹੀਂ ਹੈ ਗੱਲ ਬੜੀ ਸਿੱਧੀ ਹੁੰਦੀ ਆ ਕਿ ਫਿਰ ਤੁਹਾਨੂੰ ਇੰਨਾ ਜ਼ੋਰ ਜ਼ੋਰ ਦੇ ਨਾਲ ਆਪਣਾ ਕੰਮ ਕਰੀ ਚੱਲੋ ਠੀਕ ਆ ਬਹੁਤ ਵਧੀਆ ਕਰਦੇ ਹੈ ਕਰਪਸ਼ਨ ਵਾਲੇ ਬੰਦਿਆਂ ਨੂੰ ਫੜੀ ਜਾਂਦੇ ਲੋਕੀ ਬਹੁਤ ਖੁਸ਼ ਵਾ ਅੱਜ ਇੱਕ ਮੰਤਰੀ ਉੱਥੋਂ ਦਿੱਲੀੋਂ ਵਾਪਸ ਮੁੜਿਆ ਲੋਕੀ ਖੁਸ਼ ਵਾ ਕਲਾਹੀ ਮੁੱਦਾ ਲੈ ਕੇ ਚੱਲ ਪੋ ਬਹੁਤ ਵਧੀਆ ਚੀਜ਼ ਹੈਗੀ ਆ ਜੋ ਤੁਸੀਂ ਕੰਮ ਠੀਕ ਆ ਨੌਕਰੀਆਂ ਦਿਤੀਆਂ ਲੋਕੀ ਠੀਕ ਆ ਉਸ ਤਰੀਕੇ ਨਾਲ ਠੀਕ ਤੁਸੀਂ ਆਪਣਾ ਇੱਕ ਸਿਸਟਮ ਬਣਾ ਕੇ ਇੱਕ ਸਟਰਕਚਰ ਬਣਾ ਕੇ ਉਹਨੂੰ ਉਸ ਤਰੀਕੇ ਨਾਲ ਕਨਵੇ ਕਰੋ ਲੋਕਾਂ ਆਪਣੇ ਜਿਹੜੇ ਤੁਹਾਡੇ ਐਮਐਲਏ ਉਹਨਾਂ ਥਰੂ ਕਨਵੇ ਕਰੋ ਜ਼ਰੂਰੀ ਨਹੀਂ ਵੱਡੇ ਵੱਡੇ ਤੁਸੀਂ ਇਸ਼ਤਿਹਾਰ ਦੇਣੇ ਆ ਵੱਡੇ ਵੱਡੇ ਜਿਹੜੇ ਹੈਗੇ ਆਪਣੇ ਟੀਵੀਆਂ ਦੇ ਉੱਤੇ ਪੈਸੇ ਖਰਤਾ ਹੁੰਦੇ ਹੀ ਆ ਉਹਦੇ ਵਿੱਚੋਂ ਕਿਉਂ ਇੱਕ ਆਦਮੀ ਦੀ ਪੂਜਾ ਹੋਣ ਲਈ ਆ ਤੁਸੀਂ ਦੇਖੋ ਨਾ ਜਿਹੜਾ ਤੁਸੀਂ ਤੁਹਾਡਾ ਪਹਿਲਾ ਸਵਾਲ ਹੈਗਾ ਪਾਰਲੀਮੈਂਟਰੀ ਸਿਸਟਮ ਦਾ ਇੱਕ ਨਿਜ਼ਾਮ ਹੈਗਾ ਵਾ ਉਹਦੀ ਜਿਹੜੀ ਡੈਫੀਨੇਸ਼ਨ ਹੈਗੀ ਆ ਕੈਬਨਿਟ ਦੀ ਵਨ ਫਾਰ ਆਲ ਆਲ ਫਾਰ ਵਨ ਚੀਫ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਇਸ ਫਰਸਟ ਅਮੰਗ ਇਕਵਲਸ ਦੇ ਸਵਿਮ ਐਂਡ ਸਿੰਕ ਟੁਗੇਦਰ ਇਹ ਸਾਰੀਆਂ ਡੈਫੀਨੇਸ਼ਨਸ ਹੈਗੀਆਂ ਇੱਥੇ ਇਕੁਅਲ ਕਿਹੜਾ ਹੈਗਾ ਹੂੰ ਕੋਈ ਨਹੀਂ ਇਕੁਅਲ ਹੈਗਾ ਇੱਕ ਹੀ ਬੰਦੇ ਦਾ ਨਾ ਸੁਣੀਦਾ ਜਾਂ ਉੱਤੇ ਨਾ ਦੂਰੇ ਪਾਸੇ ਸੁਣੀ ਜਾਂਦਾ ਜਾਂ ਜਿਹੜੇ ਇਦਾਂ ਦੇ ਹੋਰ ਆ ਗਏ ਆ ਜਿਹੜੇ ਆ ਗਏ ਦਿੱਲੀ ਦੇ ਉੱਤੋਂ ਪੰਜਾਬ ਦੇ ਇਨਚਾਰਜ ਬਣੇ ਆ ਤੋ ਇਸ ਕਰਕੇ ਸਾਰੀਆਂ ਗੱਲਾਂ ਕਹਿਣ ਵਾਲੀਆਂ ਹੌਲੀ ਹੌਲੀ ਜਿਹੜਾ ਠੀਕ ਹੋ ਮੈਂ ਤਾਂ ਕਹਿਣਾ ਕਿ ਇਹਨਾਂ ਦਾ ਸਰਵਾਈਵਲ ਇਹਨਾਂ ਦੀ ਸਸਟੇਨੇਬਿਲਟੀ ਇਸ ਗੱਲ ਨਾਲ ਹੈਗੀ ਆ ਜਦੋਂ ਲੋਕ ਪਹਿਲਿਆਂ ਨਾਲ ਕੰਪੇਅਰ ਕਰਦੇ ਆ ਨਾ ਛੇ ਦਿਨਾਂ ਬਰੀ ਬੋਤਾ ਜੇ ਪਤਾ ਨਹੀਂ ਲੱਗਾ ਜਾਂ ਪਤਾ ਲੱਗੂ ਫਿਰ ਹੈਗਾ ਉਹਨਾਂ ਤੋਂ ਲੋਕਾਂ ਨੂੰ ਲੱਗਦਾ ਵੀ ਨਹੀਂ ਇਹ ਫਿਰ ਚੰਗੇ ਹੈਗੇ ਆ ਉਹਨਾਂ ਤੋਂ ਜਿਹੜਾ ਜਿਹੜਾ ਉਹਨਾਂ ਤੋਂ ਲੋਕਾਂ ਦਾ ਦਿਲਾਂ ਚਾਟ ਹੋਇਆ ਜਾਂ ਜਿਸ ਕਿਸਮ ਦੀਆਂ ਉਹਨਾਂ ਦੀਆਂ ਆਪਾਂ ਕਹਿ ਰਹੀਏ ਕਿ ਜੋ ਉਹਨਾਂ ਨੇ ਤਬਾਹੀ ਮਚਾਈ ਆ ਉਹ ਲੋਕਾਂ ਨੂੰ ਥੋੜੀ ਬੋਧੀ ਆਸ ਦਿੰਦੇ ਆ ਜਿਸ ਕਰਕੇ ਇਹ ਸਸਟੇਨ ਕਰਨ ਕਰ ਰਹੇ ਆ ਅਦਰਵਾਇਸ ਤਾਂ ਜਿਹੜਾ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਹੈਗਾ ਜਿੱਦਾਂ ਬਿਊਰੋਕ੍ਰੇਸੀ ਦੇ ਉੱਤੇ ਟੋਟਲੀ ਡਿਪੈਂਡੈਂਸ ਹੈਗੀ ਆ ਜਿੱਦਾਂ ਗਵਰਨਰ ਸਾਹਿਬ ਦੇ ਨਾਲ ਕਨਫਰਨਟੇਸ਼ਨ ਹੈਗੀ ਆ ਇਦਾਂ ਗਵਰਨਰ ਸਾਹਿਬ ਵੀ ਉਹ ਕ੍ਰਾਸ ਕਰ ਰਹੇ ਆ ਮੈਂ ਕਿਹਾ ਨਾ ਕੋਈ ਵੀ ਇਨਫਰਮੇਸ਼ਨ ਮੰਗਦਾ ਵਾ ਜਦੋਂ ਇਹ ਕਟੜ ਮਾਣਦਾਰ ਦੇ ਚਲੋ ਇਨਫਰਮੇਸ਼ਨ ਢੇਰੀ ਲਾ ਦਿਓ ਇਨਫਰਮੇਸ਼ਨ ਦੀ ਆਹ ਲਓ ਜੀ ਕਿਹੜੀ ਲੈਣੀ ਇਨਫਰਮੇਸ਼ਨ ਉਹਨੂੰ ਪ੍ਰੈਸਟਿਜ ਬਣਾਉਣ ਦੀ ਕੀ ਲੋੜ ਹੈਗੀ ਆ ਉਹਨੂੰ ਟਵਿੱਟਰ ਬਾਹੀ ਤੇ ਕਰਨ ਦੀ ਕੀ ਲੋੜ ਇਹ ਬਹੁਤ ਹੀ ਸਮਝਦਾਰ ਗੱਲਾਂ ਨਹੀਂ ਹੈਗੀਆਂ ਇਹ ਠੀਕ ਆ ਥੋੜਾ ਸਮਾਂ ਬਹੁਤ ਵਧੀਆ ਚੱਲ ਜਾਂਦਾ ਹੁੰਦਾ ਇਹੋ ਜਿਹਾ ਕੰਮ ਸਸਟੇਨੇਬਲ ਨਹੀਂ ਹੈ ਦਬਾ ਲੰਮਾ ਸਮਾਂ ਜਿਹੜਾ ਨਾ ਤੁਸੀਂ ਇਹਨਾਂ ਗੱਲਾਂ ਦੇ ਨਾਲ ਲੋਕਾਂ ਦਾ ਜੀ ਨਹੀਂ ਭਰ ਸਕਦੇ ਹੁਣ ਤੇਲ ਦੀਆਂ ਕੀਮਤਾਂ ਵਧਾਈਆਂ ਤੁਸੀਂ ਮੰਨਦੇ ਕਿਉਂ ਨਹੀਂ ਹੈ ਕਿ ਜਿਹੜੀਆਂ ਤੁਹਾਡੀਆਂ ਕੁਝ ਪਾਲਿਸੀਆਂ ਹੈਗੀਆਂ ਵਾ ਤੁਹਾਨੂੰ ਡਿਸਕ੍ਰਿਮੀਨੇਟਰ ਜਿਹੜੀ ਹੈਗੀ ਆ ਉਹ ਪੋਲਿਟਿਕਸ ਜਿਹੜੀ ਐਡਾਪਟ ਕਰਨੀ ਪਊਗੀ ਬਿਜਲੀ ਉਹਨਾਂ ਨੂੰ ਫ੍ਰੀ ਦਿਓ ਜਿਹੜੇ ਡਿਸਰਵ ਕਰਦੇ ਆ ਉਹਨਾਂ ਨੂੰ ਦੇਣੀ ਬਹੁਤ ਬਣਦੀ ਆ ਦੂਸਰਿਆਂ ਕੋ ਨਾ ਦਿਓ ਫ੍ਰੀ ਵੀ ਇਸ ਨੂੰ ਡਿਸਕ੍ਰਿਮੀਨੇਟ ਕਰੋ ਇੱਦਾਂ ਖੁੱਲੇ ਤਰੀਕੇ ਨਹੀਂ ਦੋਗੇ ਸੰਸਥਾਾਂਾਂ ਮਾਰ ਦੋਗੇ ਤੁਸੀਂ ਵੋਟ ਮਾਰ ਦੋਗੇ ਇਹੀ ਪੈਸਾ ਤੁਸੀਂ ਪੰਚਾਇਤਾਂ 'ਚ ਖਰਚ ਕਰੋ, ਇਹੀ ਪੈਸਾ ਤੁਸੀਂ ਹੈਲਥ ਤੇ ਖਰਚ ਕਰੋ, ਇਹੀ ਪੈਸਾ ਪੰਜਾਬ ਦਾ ਕਰਜ਼ਾ ਲਾਉਣ ਦੇ ਖਤਮ ਕਰੋ ਤੁਸੀਂ। ਉਥੋਂ ਘਟਾਓ, ਲੋਕਾਂ ਨੂੰ ਦੱਸੋ। ਲੋਕਾਂ ਦੀ ਇਨਵੋਲਵਮੈਂਟ ਵਧੂਗੀ। ਜਿਵੇਂ ਆਪਣਾ ਬਿਜਲੀ ਦਾ ਬਿੱਲ ਦੇਊਗਾ, ਪਾਣੀ ਦਾ ਬਿੱਲ ਦੇਊਗਾ, ਗੱਲਾਂ ਔਖੀਆਂ ਲੱਗਦੀਆਂ ਪਰ ਇਹ ਜ਼ਰੂਰੀ ਆ। ਆਪਣੇ ਆਪ ਤੋਂ ਸ਼ੁਰੂ ਕਰੋ। ਐਮਐਲਏ, ਐਮਪੀ, ਪੱਕੀਆਂ ਤਨਖਾਹਾਂ ਵਾਲੇ, ਪੱਕੀਆਂ ਪੈਨਸ਼ਨਾਂ ਵਾਲੇ ਇਹ ਸ਼ੁਰੂ ਕਰ ਦਿਓ ਉਹਨਾਂ ਤੇ ਵੱਡੇ-ਵੱਡੇ ਜ਼ਿੰਮੇਵਾਰ ਜਿਹੜੇ ਹੈਗੇ ਆ, ਕੁਝ ਪੈਸਾ ਆਵੇ ਤੇ ਸਹੀਂ ਤੁਸੀਂ ਉਨ ਉਸ ਤਰੀਕੇ ਨਾਲ ਉਹਦੇ ਲਈ ਸਾਨੂੰ ਇੱਕ ਚੰਗਾ ਇਕਨੋਮਿਸਟ ਚਾਹੀਦਾ ਹੈ ਉਹਦੇ ਲਈ ਜਿਹੜਾ ਨਾ ਖਾਸ ਕਰਕੇ ਇਕਨੋਮਿਸਟ ਚਾਹੀਦੇ ਯਾਰ ਕਿ ਜਿਹਦੇ ਟੈਪਸ ਦੇ ਉੱਤੇ ਹੋਵੇ ਤੇਰੀ ਇਕਨੋਮੀ ਹੈਗੀ ਆ ਜਾਂ ਜੋ ਜੀਡੀਪੀ ਹੈਗੀ ਆ ਜਾਂ ਜੋ ਕੁਝ ਵੀ ਹੈਗਾ ਜਾਂ ਉਹ ਵਾਲੇ ਪੰਜ ਸਾਲਾਂ ਦਾ ਖਾਕਾ ਟੈਪਸ ਦੇ ਉੱਤੇ ਹੋਵੇ ਆਰਗੂਮੈਂਟ ਇਹ ਤੀਕੇ ਨਾਲ ਬਿਊਰੋਕ੍ਰੇਸੀ ਦੀ ਜੇ ਸਲਾਹ ਤੇ ਰਹਿਣਗੇ ਤੇ ਅੱਗੇ ਵੀ ਲੋਕੀ ਜਿਹੜੇ ਪਹਿਲੀਆਂ ਸਰਕਾਰਾਂ ਸੀ ਉਹ ਬਿਊਰੋਕ੍ਰੇਸੀ ਤੇ ਰਹੀਆਂ ਬਿਊਰੋਕ੍ਰੇਸੀ ਕਹਿੰਦੀ ਤੇ ਹੈਗੀ ਨਿਊਟਰਲ ਪਰ ਉਹਦਾ ਲੋਕਾਂ ਨਾਲ ਸਿੱਧਾ ਸਬੰਧ ਨਹੀਂ ਹੁੰਦਾ ਉਹਨਾਂ ਨੇ ਤੇ ਆਪਣਾ ਠੀਕ ਆ ਤਨਖਾਹ ਕੰਮ ਕਰਨਾ ਹੁੰਦਾ ਠੀਕ ਆ ਉਹਨਾਂ ਦਾ ਆਪਣਾ ਇੱਕ ਸਿਸਟਮ ਹੈਗਾ ਦੇ ਹੈਵ ਟੂ ਗਾਈਡ ਇਹਨਾਂ ਨੂੰ ਪੋਲੀਟੀਕਲ ਇਕਨੋਮਿਸਟ ਲਿਆਉਣੇ ਪੈਣਗੇ ਇਹਨਾਂ ਨੂੰ ਸੋਸ਼ੀਓਲੋਜੀਸਟ ਲਿਆਉਣੇ ਪੈਣਗੇ ਇਹਨਾਂ ਨੂੰ ਹੋਰ ਜਿਹੜੇ ਹੈਗੇ ਖਾਸ ਕਰਕੇ ਜਿਹੜੇ ਡਿਵੈਲਪਮੈਂਟ ਨਾਲ ਜੁੜੇ ਲੋਕ ਹੈਗੇ ਬੜੇ ਆ ਇੱਥੇ ਐਗਰੀਕਲਚਰ ਵਾਸਤੇ ਪਾਲਿਸੀ ਬਣਾਉਣ ਲਈ ਸ਼ਾਇਦ ਇਹਨਾਂ ਨੇ ਇੱਕ ਬਾਰੋਂ ਫਿਰ ਮੈਨੂੰ ਹਾਇਰ ਕੀਤਾ ਵਾ ਇੱਥੇ ਸ਼ਾਇਦ ਇਹਨਾਂ ਕੋ ਜਿਹੜੇ ਹੈਗੇ ਸੀ ਉਹਦੇ ਉੱਤੇ ਵੀ ਸ਼ਾਇਦ ਪਤਾ ਨਹੀਂ ਉਹ ਸੱਚੀ ਗੱਲ ਆ ਕਿ ਝੂਠੀ ਗੱਲ ਮੈਂ ਤਾਂ ਪੜ੍ਹਿਆ ਸੀ ਉਹਦੇ ਵਿੱਚੋਂ ਇਦਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਲੋਕਾਂ ਦੀ ਇਨਵੋਲਵਮੈਂਟ ਕਰੋ ਆਪ ਇਸੇ ਘਟਣਾ ਪਵੇ ਤੇ ਹਟ ਜਾਓ ਲੋਕ ਅਗਲੇ ਪਾਸੇ ਜਰਦੇ ਕਹਿੰਦੇ ਵੀ ਸ਼ੇਰ ਖਲੋਤਾ ਵਾ ਸ਼ੇਰ ਕੀ ਆ ਉਹ ਜਿਹੇ ਪੰਜਾਬ ਦੇ ਲੋਕ ਆ ਤੇ ਪੰਜਾਬ ਦੇ ਲੋਕਾਂ ਨੂੰ ਭਾਈ ਲੋ ਕੰਫੀਡੈਂਸ ਦੇ ਵਿੱਚ ਗੱਲਾਂ ਬਾਤਾਂ ਦੇ ਨਾਲ ਨਾ ਕੰਮ ਚਲਾਓ ਇਹ ਬਹੁਤਾ ਲੰਮਾ ਸਮਾਂ ਸਸਟੇਨੇਬਲ ਨਹੀਂ ਹੁੰਦਾ ਇਦਾਂ ਦਾ ਜਦੋਂ ਪ੍ਰੋਫੈਸਰਾਂ ਤੋਂ ਤੁਲਨਾ ਕੀਤੀ ਜਾਂਦੀ ਹੈ ਨਾ ਕਈ ਵਾਰੀ ਲੋਕਾਂ ਨੂੰ ਪੁੱਛ ਲੋ ਕਿ ਦੇਖੋ ਪਹਿਲਵਾਨਾਂ ਦੇ ਮਸਲੇ ਦੇ ਉੱਤੇ ਬੀਜੇਪੀ ਦੀ ਕਿਸ ਤਰ੍ਹਾਂ ਦੀ ਜਿਹੜੀ ਨੀਤੀ ਰਹੀ ਹੈ ਜਾਂ ਹੁਣ ਤੱਕ ਕੀ ਚੱਲ ਰਿਹਾ ਹੈ ਉੱਥੇ ਇੱਕ ਨਵਾਲਗ ਪਹਿਲਵਾਨ ਜਿਹੜੀ ਕੁੜੀ ਹੈ ਉਹਦੇ ਪਰਿਵਾਰ ਤੇ ਕੀ ਬੀਤਰੀ ਹੈ ਉਹਨਾਂ ਨੂੰ ਬਿਆਨ ਕਿਉਂ ਵਾਪਸ ਲੈਣੇ ਪਏ ਜਦੋਂ ਉਹਨਾਂ ਤੇ ਸਵਾਲ ਉੱਠਦੇ ਨੇ ਤਾਂ ਪੈਰਲਲ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਵੀ ਦੇਖਿਆ ਜਾਂਦਾ ਹੈ ਕਿ ਜਿਵੇਂ ਹੁਣ ਮੰਤਰੀ ਕਟਾਰੂ ਚੱਕ ਦਾ ਮਸਲਾ ਆ ਉਹ ਨੌਜਵਾਨ ਜਿਹੜਾ ਆ ਖਬਰਾਂ ਹੀ ਦੱਸਦੀਆਂ ਪੰਜਾਬੀ ਟ੍ਰਿਬਿਊਨ ਦੀ ਕਿ ਉਸ ਨੇ ਆਪਣੇ ਬਿਆਨ ਜਿਹੜੇ ਉਹ ਵਾਪਸ ਲੈ ਲਏ ਨੇ ਜਦੋਂ ਸਵਾਲ ਨੈਤਿਕਤਾ ਦੇ ਉੱਤੇ ਉੱਠਦੇ ਨੇ ਕਿ ਜੇ ਅਸੀਂ ਉਹਨਾਂ ਤੇ ਉਂਗਲ ਚੁੱਕਦੇ ਆਂ ਤੇ ਤੁਹਾਡੇ ਤੇ ਕਿਉਂ ਨਾ ਚੁੱਕੀ ਜਾਵੇ। ਨਹੀਂ ਪਹਿਲਵਾਨਾਂ ਦੇ ਮਾਮਲੇ 'ਚ ਕਿੱਥੇ ਖਲੋਤੇ ਆਂ? ਉਸ ਉਹ ਮਾਮਲੇ ਦੇ ਵਿੱਚ ਕੋਈ ਉਸ ਤਰੀਕੇ ਨਾਲ ਇਹਨਾਂ ਦੇ ਪਾਰਟੀ ਦੇ ਕੋਈ ਜਾ ਕੇ ਉੱਥੇ ਧਰਨਾ ਦਿੱਤਾ। ਮੰਤਰੀ ਗਏ ਫੋਟੋ ਲਵਾ ਕੇ ਆ ਗਏ। ਇਹਨਾਂ ਦੇ ਐਨਏ ਸੈਕਟਰੀ ਦੂਕੀ ਉੱਥੇ ਬੈਠੀ ਉਹਨਾਂ ਦੇ ਕੋਲ ਜਾ ਕੇ ਇਹਨਾਂ ਤੋਂ ਜ਼ਿਆਦਾ ਕਿਸਾਨਾਂ ਨੇ ਕੰਮ ਕੀਤਾ। ਉਹ ਨਾਲ ਖੜੇ ਉਹਦੇ ਵਿੱਚੋਂ। ਤੋਂ ਇਸ ਕਰਕੇ ਉਹੀ ਹਾਲ ਆ ਨਾ ਜਿੱਦਾਂ ਉਹ ਤੁਸੀਂ ਕਹੋ ਵੀ ਇਸ ਸਿਸਟਮ ਚੱਲਦਾ ਹੈ ਚੱਲਣਾ ਚਾਹੀਦਾ। ਬਹੁਤਵੇਂ ਬੰਦੇ ਹੈਗੇ ਆ ਬੜਾ ਟੌਰ ਦੇ ਨਾਲ 5 ਸਾਲ ਕੱਢ ਸਕਦੇ ਸੀਗੇ ਬਹੁਤ ਟਕਾ ਕੇ ਬੜਾ 골ਡਨ ਅਪਰਚੂਨਿਟੀ ਸੀਗੀ ਪੰਜਾਬ ਨੂੰ ਆਪਣੇ ਪੈਰਾਂ ਦੇ ਲੈਉਣ ਲਈ ਡਿਸੀਜਨ ਲੈਂਦੇ ਬਹੁਤ ਕਲੀਅਰ ਕਾ ਡਿਸੀਜਨ ਪਰ ਉਹਨਾਂ ਵਿਜ਼ਨ ਹੋਣੀ ਚਾਹੀਦੀ ਆ। ਉਹਨੀ ਇਮੇਜਿਨੇਸ਼ਨ ਹੋਣੀ ਚਾਹੀਦੀ ਆ। ਇਮੇਜਿਨੇਸ਼ਨ ਸਿਰਫ ਗੱਲਾਂ ਨਾਲ ਨਹੀਂ ਆਉਂਦੀ, ਐਂਟਰਟੇਨਮੈਂਟ ਨਾਲ ਨਹੀਂ ਆਉਂਦੀ। ਜਾਂ ਸਿਰਫ ਖਬਰਾਂ ਬਣਾਉਣ ਨਾਲ ਨਹੀਂ ਆਉਂਦੀ। ਜਾਂ ਤੁਸੀਂ ਦੂਸਰਿਆਂ ਨੂੰ ਕੋਸਣ ਦੇ ਨਾਲ ਨਹੀਂ ਆਉਂਦੇ ਉਹਦੇ ਵਿੱਚ ਤੇ ਲੋਕਾਂ ਨੂੰ ਪਤਾ ਹੀ ਨਹੀਂ ਲੱਗੇ ਇਸ ਗੱਲ ਦਾ ਕਿ ਤੁਸੀਂ ਕੰਮ ਕਰ ਰਹੇ ਜੋ ਜੇ ਤੁਸੀਂ ਜਿਹੜਾ ਹੈਗਾ ਵਾ ਇਹ ਇਹਦੇ ਵਿੱਚੋਂ ਲੋਕ ਇਹ ਮਹਿਸੂਸ ਹੋਵੇ ਕਿ ਕੋਈ ਨਵੀਂ ਬਿਗਨਿੰਗ ਹੋਈ ਆ ਕਰਜ਼ੇ ਬਾਰੇ ਆ ਵੀ ਕਰਜ਼ਾ ਉੱਥੇ ਦਾ ਉੱਥੇ ਖਲੋਤਾ ਵਾ ਹੂੰ ਹੋਰ ਮਸਲੇ ਉਦਾਂ ਦੇ ਉਦਾਂ ਖਲੋਤੇ ਆ ਐਗਰੀਕਲਚਰ ਦੇ ਵਿੱਚ ਬਹੁਤ ਜ਼ਿਆਦਾ ਖਪਾ ਦਾ ਰਕਬਾ ਥੱਲੇ ਆ ਗਿਆ ਹੂੰ ਇਸੇ ਤਰੀਕੇ ਨਾਲ ਪੈਡੀ ਮੇਰੇ ਖਿਆਲ ਜਿਹੜੀ ਦੂਸਰੀ ਉਹ ਵੀ ਬਹੁਤਾ ਜ਼ਿਆਦਾ ਨਹੀਂ ਹੋ ਰਿਹਾ ਫਿਰ ਉੱਤੀ ਆ ਗਿਆ ਨੇ ਐਕਸਟਰਾ ਪਗੇ ਗਏ ਦੋਸਤੇ ਪਿਛੇ ਆ ਗਏ ਅਗਲੇ ਸਾਲ ਇਲੈਕਸ਼ਨ ਹੋਣੀ ਆ ਇਲੈਕਸ਼ਨ ਦਾ ਕੀ ਆਊਟਕਮ ਹੋਣਾ ਇਹ ਤਾਂ ਹੁਣ ਸੈਂ ਸੁਪਨਾ ਇਹਨਾਂ ਦਾ ਕੇਜਰੀਵਾਲ ਸੋਵੀ ਪ੍ਰਧਾਨ ਮੰਤਰੀ ਬਣ ਜਾਣਾ ਵੀ ਮੈਂ ਪ੍ਰਧਾਨ ਮੰਤਰੀ ਦੇ ਸੁਪਨੇ ਲੈਂਡਿਆ ਵਾ ਤੇ ਪ੍ਰਧਾਨ ਮੰਤਰੀ ਇੰਦਾ ਥੋੜਾ ਮਿਲੂਗਾ ਜਦੋਂ ਪੰਜਾਬ ਦੇ ਵਿੱਚ ਗਰਾਊਂਡ ਕਲੀਅਰ ਮਿਲਗੀ ਵੀ ਸੱਤ ਦੇ ਸੱਤ ਹੀ ਐਮਪੀ ਜਿਹੜੇ ਹੈਗੇ ਉਹ ਸਾਰੇ ਤੇਰੇ ਵਾਲੇ ਪਾਸੇ ਆ ਜਾਣਗੇ ਹਾਂ ਜਾਂ ਦੂਸਰੇ ਪਾਸੇ ਜਿਹੜੇ ਨਹੀਂ ਜਾਉ ਕੋਈ ਉਹਦੇ ਵਿੱਚੋਂ ਕਰਕੇ ਤੋਂ ਬੜਾ ਇਮੇਜਿਨੇਟਡ ਜਿਹੇ ਝੰਡੇ ਹੈਗੇ ਆ ਬਿਨਾ ਢਾਂਚੇ ਤੋਂ ਬਿਨਾ ਅਜੇ ਠੀਕ ਆ ਕਿ ਜਿੱਥੇ ਜਿੱਥੇ ਦੂਸਰੀਆਂ ਪਾਰਟੀਆਂ ਤੋਂ ਲੋਕੀ ਦੁਖੀ ਉੱਥੇ ਸਪੇਸ ਮਿਲ ਜਾਂਦੀ ਆ। ਤੋਂ ਇਸ ਕਰਕੇ ਇਹ ਵਿਜੀਬਲ ਆ ਆਪਣੇ ਸੁਗੰਦਰ ਜੀ ਤੁਸੀਂ ਇਹ ਗੱਲਾਂ ਲੋਕੀ ਹੁਣ ਨਿੱਕ ਦੱਸਦੇ ਜਦੋਂ ਲੋਕਾਂ ਦਾ ਮੌਕਾ ਮਿਲਦਾ ਉਹ ਰਿਸਪੌਂਡ ਕਰਦੇ ਆ। ਉਹ ਦੇਖ ਰਹੇ ਆ ਜਿਹੜਾ ਤੁਸੀਂ ਇਹ ਮਸਲੇ ਦੀ ਗੱਲ ਕੀਤੀ ਆ ਇਹ ਮਸਲਾ ਜਿਹੜਾ ਹੈਗਾ ਉਹਨਾਂ ਨੇ ਉਹ ਵਾਪਸ ਲੈ ਰਿਆ ਬਿਆਨ ਜਾਂ ਜਿਹੜੇ ਤੋਂ ਪਹਿਲਾਂ ਹੋਰ ਲੋਕੇ ਹੋਏ ਸੀਗੇ ਤੇ ਉਹਦੇ ਵਿੱਚ ਇਹਨਾਂ ਦਾ ਸਟੈਂਡ ਕੀ ਰਿਹਾ? ਸਟੈਂਡ ਤਾਂ ਇਹੀ ਰਹਿਣਾ ਚਾਹੀਦਾ ਸੀਗਾ ਕਿ ਜੇ ਕੋਈ ਅਲੀਗੇਸ਼ਨ ਲਾਉਂਦੇ ਲੋਕਾਂ ਨੂੰ ਜੁ ਕਹਿਣਦੇ ਆ ਕਿ ਉਹ ਰੇਲਵੇ ਮੰਤਰੀ ਨੂੰ ਜਿਹੜਾ ਹੈਗਾ ਸੀ ਇਸਤਿਫਾ ਦੇ ਦੇਣਾ ਚਾਹੀਦਾ ਸੀ ਜੇ ਉਹ ਕਲੀਅਰ ਹੋ ਜਾਂਦਾ ਆ ਜਾਂਦਾ ਤੇ ਇਹ ਗੱਲ ਆਪਣੇ ਤੇ ਵੀ ਲਾਗੂ ਕਰਨੀ ਚਾਹੀਦੀ ਹੈ। ਤੋਂ ਇਸ ਕਰਕੇ ಮತ ਦੇਣੀ ਬਹੁਤ ਸੌਖੀ ਹੋ ਜਾਂਦੀ ਆ ਆਪ ਉਹਨੂੰ ਪ੍ਰੈਕਟਿਸ ਕਰਨਾ ਕਾਫੀ ਡਿਫਿਕਲਟ ਹੈਗਾ। ਵਰਤ ਸਾਬ ਜਜੋ ਅਸੀਂ ਹੁਣ ਮੇਰਾ ਆਖਰੀ ਸਵਾਲ ਹੈ ਇਹ ਕਿ ਪੰਜਾਬ ਦੇ ਵਿੱਚ ਵਕਫ ਵਕ ਵਿਰੋਧੀ ਧਿਰਾਂ ਦੀ ਗੱਲ ਕਰਦੇ ਆ ਮੈਂ ਨਵਜੋਤ ਸਿੱਧੂ ਹੋਰ ਦਾ ਬਿਆਨ ਪਹਿਲਾਂ ਵੀ ਇੱਕ ਵਾਰੀ ਉੱਤੇ ਸਾਡੀ ਕਿਸੇ ਨਾ ਗੱਲਬਾਤ ਹੋਈ ਸੀ ਕਿ ਨਵਜੋਤ ਸਿੱਧੂ ਇਹ ਗੱਲ ਕਹਿੰਦੇ ਨੇ ਕਿ ਜੇ ਕਾਂਗਰਸ ਪੰਜਾਬ ਦੇ ਭਵਿੱਖ ਦੀ ਗੱਲ ਕਰੇਗੀ ਜਾਂ ਉਸ ਪਾਸੇ ਤੁਰੇਗੀ ਤਾਂ ਹੀ ਫਿਰ ਤੋਂ ਸੱਤਾ ਚਾਹੀ ਜੀ ਅਕਾਲੀ ਦਲ ਦੀ ਵੀ ਪੁਨਰ ਸੁਰਜੀਤੀ ਦੀਆਂ ਗੱਲਾਂ ਕਰ ਰਹੀਆਂ ਚੱਲ ਰਹੀਆਂ ਨੇ ਲਗਾਤਾਰ ਪਰ ਜਦੋਂ ਤੋਂ ਇਹ ਸਰਕਾਰ ਸੱਤਾ ਵਿੱਚ ਆਈ ਹੈ ਇਹਨਾਂ ਵਿਰੋਧੀ ਧਿਰਾਂ ਦੀ ਪੰਜਾਬ ਦੇ ਅਸਲ ਮੁੱਦਿਆਂ ਨੂੰ ਲੈ ਕੇ ਭੂਮਿਕਾ ਕਿੱਦਾਂ ਦੀ ਰਹੀ ਕੀ ਕੋਈ ਵੱਡਾ ਮੋਰਚਾ ਵੱਢਿਆ ਜੇ ਅਸੀਂ ਪ੍ਰੈਸ਼ਰ ਗਰੁੱਪਸ ਨਾਲ ਧਿਆਰ ਦਿੰਨੇ ਆ ਕਿਸਾਨ ਜਿਹੜੇ ਨੇ ਉਹ ਵਕ ਕੋ ਵਕ ਥਾਵਾਂ ਤੇ ਪ੍ਰੋਟੈਸਟ ਕਰਦੇ ਨੇ ਚੁੱਕੇ ਜਾਂਦੇ ਨੇ ਜਿਵੇਂ ਹੁਣ ਪਟਿਆਲਾ ਚ ਧਰਨਾ ਲਾਇਆ ਸੀ ਡੱਲੇਵਾਲ ਸਾਹਿਬ ਨੇ ਉਹ ਵੀ ਚੁੱਕ ਦਿੱਤਾ ਗਿਆ ਇਹੋ ਜੀ ਸਥਿਤੀ ਦੂਜੇ ਸੂਬਿਆਂ ਵਿੱਚ ਵੀ ਦੇਖਣ ਨੂੰ ਮਿਲਦੀ ਹੈ ਮਤਲਬ ਕਿਸਾਨਾਂ ਦੀ ਇੱਕ ਜੁਟਤਾ ਜਿਹੜੀ ਹੈ ਉਹ ਹੁਣ ਜਿਵੇਂ ਕਿਸਾਨੀ ਅੰਦੋਲਨ ਦੌਰਾਨ ਲਈ ਉਹ ਬਹੁਤ ਅਹਿਮੀਅਤ ਰੱਖਦੀ ਹੈ ਕਿ ਹੋ ਜਾਣਾ ਚਾਹੀਦਾ ਹੈ ਜੇ ਵਾਕਈ ਪੰਜਾਬ ਦੇ ਮਸਲਿਆਂ ਤੇ ਗੱਲ ਕਰਨੀ ਹੈ ਜੇ ਵਾਕਈ ਤੁਸੀਂ ਕੇਂਦਰ ਦੇ ਨਾਲ ਕੋਈ ਸਿੱਧਾ ਟੱਕਰ ਲੈਣੀ ਆ ਹਰਿਆਣੇ ਦੇ ਵਿੱਚ ਤੁਸੀਂ ਦੇਖੋ ਉੱਥੇ ਕਿਵੇਂ ਚੜੂਨੀ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੇ ਸੜਕਾਂ ਜਾਮ ਨੇ ਮਹਾ ਪੰਚਾਇਤ ਹੋਈ ਬਹੁਤ ਵੱਡੇ ਪੱਧਰ ਤੇ ਉੱਥੇ ਵੀ ਲਾਠੀ ਚਾਰਜ ਹੋਇਆ ਤਾਂ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਇੱਕ ਪਾਸੇ ਤਾਂ ਪ੍ਰੈਸ਼ਰ ਗਰੁੱਪਸ ਦੀ ਤਾਕਤ ਆ ਦੂਜੇ ਪਾਸੇ ਵਿਰੋਧੀ ਧਿਰਾਂ ਦੀ ਭੂਮਿਕਾ ਆ ਤੇ ਤੀਜੇ ਪਾਸੇ ਸੱਤਾ 'ਚ ਬੈਠੀ ਸੱਤਾਧਾਰੀ ਸਰਕਾਰ ਦੀ ਗੱਲ ਹੈ। ਪਹਿਲੀ ਗੱਲ ਤੇ ਇਹ ਹੈਗਾ ਕਿ ਤੁਸੀਂ ਗੱਲ ਕੀਤੀ ਇੱਕ ਪਾਰਟਿਕੂਲ ਜਿਹੜਾ ਹੈਗਾ ਪਰਸਨ ਦੀ ਕੀਤੀ ਆ ਮੈਂ ਕਿਉਂਕਿ ਪਰਸਨਲ ਕਮੈਂਟ ਨਹੀਂ ਦੇਣਾ ਚਾਹੁੰਦਾ। ਉਹਨਾਂ ਦਾ ਵੀ ਜਿਹੜਾ ਹੈਗਾ ਖਾਸ ਕਰਕੇ ਉਹਨਾਂ ਦੀ ਪਾਰਟੀ 'ਚ ਹੀ ਬਹੁਤ ਵੱਡਾ ਕ੍ਰਾਈਸਿਸ ਹੈਗਾ। ਤੁਸੀਂ ਦੇਖੋ ਕਿ ਉਹਨਾਂ ਬਾਰੇ ਵੀ ਉਹਨਾਂ ਦੀ ਪਾਰਟੀ ਦੇ ਲੋਕ ਹੀ ਕਿਸੇ ਕਿਸਮ ਦੇ ਕਈ ਵਾਰੀ ਕਮੈਂਟ ਕਰ ਦਿੰਦੇ ਆ। ਜਾਇਨ ਉਦੋਂ ਸੰਸਦੂ ਵੀ ਕਈ ਵਾਰੀ ਬਹੁਤ ਜ਼ਿਆਦਾ ਹੈ ਕਿਉਂਕਿ ਇਹਦੇ ਵਿੱਚ ਮੈਂ ਜਿਹੜੀ ਹੁੰਦੀ ਹੈ ਨਾ ਹਰ ਗੱਲ ਦੇ ਵਿੱਚ ਉਹ ਬਹੁਤ ਡੋਮੀਨੇਟ ਕਰਦੀ ਆ ਇਸ ਕਰਕੇ ਇਹਦੀ ਨਾ ਪੋਲੀਟੀਕਲ ਇਰੈਲੇਵੈਂਸ ਜਿਹੜੀ ਹੈਗੀ ਉਹ ਵਧੀ ਆ ਪੇਲੇ ਸਮਨੇ ਦੇ ਵਿੱਚ ਜੋ ਕੋਈ ਕਹੇ ਕਿ ਬਹੁਤ ਪੋਲੀਟੀਕਲੀ ਰੈਲੇਵੈਂਟ ਆ ਜਾਂ ਪੰਜਾਬ ਨੂੰ ਉਹ ਨਹੀਂ ਹੈਗੀ ਗੱਲ ਜਿੰਨਾ ਸਿਨਸੀਅਰਲੀ ਇਹਨੂੰ ਆਪਣੀ ਇੰਟਰਸੈਕਸ਼ਨ ਕਰਨ ਦੀ ਲੋੜ ਸੀ ਇਹ ਬੰਦੇ ਨੇ ਨਹੀਂ ਕੀਤੀ ਮੈਂ ਕੱਲੇ ਕਦੀ ਪ੍ਰੈਸ ਕਾਨਫਰੈਂਸ ਦੇਖ ਰਿਹਾ ਸੀ ਉੱਪਰੋਂ ਤੂੰ ਬਹਿ ਜਾਓ ਕਾਕਾ ਇਹ ਮਤਲਬ ਇਹ ਜਿਹੜਾ ਮਾਈਂਡਸੈਟ ਹੈਗਾ ਨਾ ਇਸ ਕੇ ਸੁਣਦਾ ਕਿ ਮੈਂ ਹੀ ਮੈਂ ਵਾਂ ਇੰਡੀਵਿਜੁਅਲਿਜ਼ਮ ਜਿਹੜਾ ਹੈਗਾ ਵਾ ਉਹ ਬਹੁਤਾ ਸਸਟੇਨੇਬਲ ਨਹੀਂ ਹੈ ਇਸ ਕਰਕੇ ਉਹਦਾ ਵੀ ਕ੍ਰਾਈਸਿਸ ਹੈਗਾ ਉਹਦਾ ਵੀ ਉਸ ਕਿਸਮ ਦਾ ਜਿਹੜਾ ਹੈਗਾ ਕਾਂਗਰਸ ਪਾਰਟੀ ਦੇ ਵਿੱਚ ਹੀ ਤੁਸੀਂ ਦੇਖੋ ਨਾ ਕਿੰਦਾ ਧਿਰ ਬਣੀ ਆ ਔਰ ਇਹ ਗੱਲ ਕਹਿਣ ਚ ਕੋਈ ਹਰਜ ਨਹੀਂ ਕਿ ਕੋਈ ਉਦਾਂ ਦਾ ਪ੍ਰਾਣਾ ਜਿਹੜਾ ਸਿਆਣੇ ਬਜ਼ੁਰਗ ਹੁੰਦੇ ਸੀ ਜਾਂ ਜਿਹੜੇ ਬਹੁਤ ਲੰਮਾ ਐਕਸਪੀਰੀਅੰਸ ਵਾਲੇ ਲੋਕ ਹੁੰਦੇ ਸੀ ਜਿਹੜੇ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਦੇ ਸੀ ਉਹ ਉਸ ਪਾਰਟੀ ਦੇ ਵਿੱਚ ਇਸ ਵੇਲੇ ਨਹੀਂ ਹੈਗੇ ਆਪਾਂ ਅੱਗੇ ਵੀ ਗੱਲ ਕੀਤੀ ਆ ਰਾਜਾ ਵੜੈੰਗ ਉਹਨਾਂ ਨੂੰ ਪ੍ਰਧਾਨ ਬਣਾਇਆ ਉਹ ਸੋ ਦਾ ਸਟਾਫ ਗੇਮ ਅਰੇਂਜਮੈਂਟ ਪਰ ਉਦਾਂ ਦੇ ਜਿਹੜਾ ਉਦਾਂ ਦੀ ਇੱਕ ਸਖਸੀਅਤ ਹੋਣੀ ਚਾਹੀਦੀ ਆ ਕਿ ਮਾਝੇ ਦੇ ਵਿੱਚ ਵੀ ਦੁਆਬੇ ਦੇ ਵਿੱਚ ਵੀ ਮਾਲਵੇ ਦੇ ਵਿੱਚ ਜਿਹੜਾ ਨੋਨ ਪਰਸਨ ਹੋਵੇ ਇਸੇ ਤਰੀਕੇ ਦੇ ਨਾਲ ਤੁਸੀਂ ਦੇਖੋਗੇ ਜਿਹੜੇ ਉੱਥੋਂ ਉਹਨਾਂ ਦੇ ਆਪਣੇ ਮਾਝੇ ਦੇ ਜਿਹੜੇ ਲੀਡਰ ਆਫ اپੋਜੀਸ਼ਨ ਹੈਗੇ ਆ ਉਹ ਵੀ ਆਪਣੇ ਤਰੀਕੇ ਦੇ ਨਾਲ ਇੱਕ ਕੋਆਰਡੀਨੇਸ਼ਨ ਕੰਬੀਨੇਸ਼ਨ ਮੈਨੂੰ ਘਟੋ ਘਟ ਹੋ ਸਕਦਾ ਉਹਨਾਂ 'ਚ ਹੋਵੇ ਪਰ ਮੈਨੂੰ ਲੱਗਦਾ ਵੀ ਇਹ ਇਦਾਂ ਦਾ ਇਮੇਜ ਦੇ ਨਹੀਂ ਰਿਹਾ ਲੋਕਾਂ ਦੇ ਵਿੱਚ ਕਿ ਜਿੱਥੇ ਲੋਕਾਂ ਨੂੰ ਲੱਗੇ ਕਿ ਇਹ ਇੱਕ ਯੂਨਾਈਟਿਡ ਫੋਰਸ ਹੋ ਕੇ ਅਗਲੇ ਪਾਸੇ ਵੱਲ ਜਾ ਰਹੇ ਆ ਅਕਾਲੀ ਦਲ ਦਾ ਆਪ ਸਾਰਿਆਂ ਨੂੰ ਪਤਾ ਕਿ ਇਹ ਵੇਲੇ ਦੇ ਪੰਜਾਬੀ ਚ ਕਿਹਾ ਜਾਵੇ ਤੇ ਅਕਾਲੀ ਦਲ ਦੀ ਹਾਲਤ ਤਾਂ ਕੱਖਾਂ ਤੋਂ ਪਤਲੀ ਹੋਈ ਪਈ ਐ ਕ੍ਰੈਡੀਬਿਲਟੀ ਬਿਲਕੁਲ ਜ਼ੀਰੋ ਹੋਈ ਪਈ ਐ ਔਰ ਜਿਸ ਤਰੀਕੇ ਨਾਲ ਬੀਜੇਪੀ ਤੇ ਲੀਡਰ ਸਟੇਟਮੈਂਟਾਂ ਦੇ ਰਹੇ ਆ ਇਹਨਾਂ ਨੂੰ ਹੋਰ ਡੀਮੋਰਾਲਾਈਜ਼ ਕਰਨ ਦਾ ਐ ਔਰ ਜਿਸ ਤਰੀਕੇ ਨਾਲ ਅਕਾਲੀ ਦਲ ਦਾ ਢਾਂਚਾ ਜਿਹੜਾ ਹੈਗਾ ਉਹ ਖਿਲਰਿਆ ਪਿਆ ਪੋਲੀਟੀਕਲ ਦੀ ਗੱਲ ਕਰਦਾ ਮੈਂ ਰਿਲੀਜੀਅਸ ਦੀ ਨਹੀਂ ਗੱਲ ਕਰਦਾ ਜਦੋਂ ਰਿਲੀਜਨ ਦੀ ਵਾਰੀ ਆਊਗੀ ਜਦੋਂ ਸ਼੍ਰੋਮਣੀ ਗੁਰਦਾਰ ਪ੍ਰਬੰਧ ਕਮੇਟੀ ਦੀ ਗੱਲ ਹੋਊਗੀ ਉਦੋਂ ਗੱਲ ਹੋਰ ਹੋਊਗੀ ਮੇ POLITICAL ਜਿਹੜੀ ਹੈਗੀ ਆ ਆਰਗੇਨਾਈਜੇਸ਼ਨ ਦੀ ਗੱਲ ਕਰਦਾ ਬਹੁਤ ਹੀ ਹਾਸੋਣੀ ਸਥਿਤੀ ਹੈਗੀ ਆ ਔਰ BJP ਇਹਨਾਂ ਨੂੰ ਕਿਸੇ ਦਾ ਕੰਪੈਲ ਕਰ ਲਈ ਹੈ ਵੀ ਤੁਸੀਂ ਫਿਰ ਸਾਡੇ ਆਲਕੇ ਨਾ ਜਿਹੜਾ ਸਾਡੇ ਕੋਲ ਗੜਗੜਾਉ ਆਨਕੇ ਤੀਤੀ ਸਾਨੂੰ ਜਿਹੜਾ ਨਾ ਸਾਨੂੰ ਜਿਹੜਾ ਹੈਗਾ ਮਤਲਬ ਇਹ ਹੋ ਸਕਦਾ ਕੱਲ ਨੂੰ ਏਦਾਂ ਕਰਨਾ ਕਿ BJP ਕਹਿਣਗੇ ਵੀ ਬੰਦੇ ਤੁਹਾਡੇ ਹੋਣਗੇ ਸਿੰਬਲ ਸਾਡਾ ਹੋਊਗਾ ਇਸ ਕੁਆਇਟ ਲਾਈਕਲੀ ਜਿੱਦਾਂ ਇੱਕ ਵਾਰੀ ਸ਼ਿਰਸ਼ਾ ਸਾਹਿਬ ਨੇ ਉੱਥੇ ਦਿੱਲੀ ਦੇ ਵਿੱਚ ਅਕਾਲੀ ਦਲ ਦਾ ਕੈਂਡੀਡੇਟ ਸੀਗਾ ਤੇ ਜਿਹੜਾ ਸਿੰਬਲ ਸੀਗਾ ਉਹ ਬੀਜੇਪੀ ਦਾ ਲਿਆ ਸੀਗਾ ਤਾਂ ਇਸ ਕਰਕੇ ਉਹ ਬਿਲਕੁਲ ਜ਼ੀਰੋ ਹੈ ਗਈ ਆ ਕੋਈ ਕ੍ਰੈਡੀਬਿਲਟੀ ਨਹੀਂ ਹੈ ਤੀਸਰਾ ਰਿਆਂ ਬੀਜੇਪੀ ਇਸ ਵੇਲੇ ਜਿਹੜੀ ਕਾਹਗ ਸਥਿਤੀ ਦੇ ਵਿੱਚ ਬੀਜੇਪੀ ਬੈਠੀ ਆ ਤੇ ਕਿਸ ਤਰੀਕੇ ਨਾਲ ਜਿੱਦਾਂ ਨਾ ਸ਼িকার ਨੂੰ ਕਿਦਾਂ ਕਿੱਥੋਂ ਫੜਨਾ ਤੇ ਕਿਦਾਂ ਉਹ ਕਰਨਾ ਖੁਸ਼ਕਿਸਮਤੀ ਪੰਜਾਬ ਦੀ ਚੰਗੀ ਹੈ ਕਿ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਬੀਜੇਪੀ ਦੇ ਬਹੁਤ ਉਹਦੇ ਵਿੱਚ ਭੰਬਲ ਪੂਸੇ ਚ ਨਹੀਂ ਆਉਣ ਵਾਲੇ ਯਾ ਬੀਜੇਪੀ ਦੀ ਉਹ ਸਾਰੀ ਜਿਹੜੀ ਹੈਗੀ ਆ ਜਿਹੜਾ ਸਿਸਟਮ ਆ ਸਟਰਕਚਰ ਆ ਕਿਉਂਕਿ ਜਿਹੜਾ ਬੀਜੇਪੀ ਦਾ ਜਿਹੜਾ ਏਜੰਡਾ ਹੈਗਾ ਉਹਨੂੰ ਜਿਸ ਤਰ੍ਹਾਂ ਪੰਜਾਬ ਦੇ ਕਿਸਾਨ ਹੀ ਕਰ ਰਹੇ ਆ ਚਾਹੇ ਉਹ ਰਾਮ ਰਾਜ ਵਾਲਾ ਝੰਡਾ ਕਹਿੰਦੇ ਸੋ ਕਾਲ ਜਿਹੜਾ ਸੀ ਜਾਂ ਉਹ ਹਿੰਦੂ ਰਸ਼ਟਰ ਵਾਲਾ ਝੰਡਾ ਕਹਿੰਦੇ ਆ ਚਾਹੇ ਉਹ ਜਿੱਦਾਂ ਕਾਨੂੰਨ ਬਣਾਉਣ ਵਾਲਾ ਝੰਡਾ ਸੀਗਾ ਜਾਂ ਪਹਿਲਵਾਨ ਧੀਆਂ ਦਾ ਅੱਜ ਆ ਜਿਹੜੇ ਸਾਡੇ ਬੱਚੇ ਆ ਉਹਨਾਂ ਦੀ ਗੱਲ ਕਰਦੇ ਆ ਜਾਂ ਕਿਸਾਨਾਂ ਦੀ ਗੱਲ ਕਰਦੇ ਆ ਉਹ ਤਾਂ ਕਿਸਾਨ ਹੀ ਲੰਨਦੇ ਆ ਨਾ ਪਾਰਟੀਆਂ ਤਾਂ ਕਿਤੇ ਵੀ ਨਹੀਂ ਲੰਨਦੀਆਂ ਤੋ ਇਸ ਕਰਕੇ ਬੀਜੇਪੀ ਦੀ ਇਹ ਸਭ ਤੋਂ ਵੱਡਾ ਹੈਂਡੀਕੈਪ ਬਹੁਤ ਸਾਰੇ ਬੜੇ-ਬੜੇ ਜਿਹੜੇ ਹੈਗੇ ਮੰਤਰੀ ਸੀਗੇ ਬੜੇ-ਬੜੇ ਤਕੜੇ ਸੀਗੇ ਬੜੇ-ਬੜੇ ਸਰੀਰਾਂ ਵਾਲੇ ਉਹ ਸਾਰੇ ਬੀਜੇਪੀ ਦੀ ਸ਼ਰਨ 'ਚ ਪਹੁੰਚ ਕੇ ਛੇਰੋ-ਸ਼ੇਰੀ ਕਰਨ ਵਾਲੇ ਬੀਜੇਪੀ 'ਚ ਪਹੁੰਚ ਗਏ ਸਾਰੀ ਉਮਰ ਲਾਸਟ ਸਮੇਂ ਤੱਕ ਲੜਨ ਵਾਲੇ ਬੀਜੇਪੀ ਕੋ ਪਹੁੰਚ ਪਹੁੰਚ ਗਏ ਹੁਣ ਰਹੀ ਗੱਲ ਇਹ ਤੁਹਾਡੀ ਇਸ ਪਾਰਟੀ ਦੀ ਇਸੇ ਕਰਕੇ ਜਦੋਂ ਆਪੋਜੀਸ਼ਨ ਨਹੀਂ ਹੁੰਦੀ ਨਾ ਫਿਰ ਇਹਨਾਂ ਨੂੰ ਲੱਗਦਾ ਵੀ ਜੋ ਅਸੀਂ ਕਹਿੰਦੇ ਠੀਕ ਹੀ ਹੋ ਰਿਹਾ ਜੋ ਅਸੀਂ ਕਰ ਰਹੇ ਹਾਂ ਉਹ ਠੀਕ ਹੀ ਹੋ ਰਿਹਾ ਜਿਸ ਤਰੀਕੇ ਨਾਲ ਮਰਜੀ ਅਸੀਂ ਇਹਨਾਂ ਨੂੰ ਤੁਸੀਂ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਰਿਜੈਕਟ ਕੀਤਾ ਲੋਕਾਂ ਨੇ ਇਹਨਾਂ ਨੂੰ ਡੀਮੋਰੀਲਾਈਜ਼ ਕੀਤਾ ਲੋਕਾਂ ਨੇ ਉਹਨਾਂ ਦੇ ਵੱਡੇ ਵੱਡੇ ਜਿਹੜੇ ਵੱਡੇ ਵੱਡੇ ਪੁਰਾਣੇ ਖਾਨਦਾਨੀ ਲੀਡਰ ਸੀ ਉਹਨਾਂ ਨੂੰ ਹਰਾ ਕੇ ਉਹਦੇ ਨਵੇਂ ਮੁੰਡੇ ਕੁੜੀਆਂ ਜਿਹੜੇ ਹੈਗੇ ਆ ਉਹ ਐਮਐਲਏ ਬਣ ਗਏ ਉਹ ਚੀਜ਼ ਉਹਨਾਂ ਨੂੰ ਡਾਈਜੈਸਟ ਨਹੀਂ ਹੋਣ ਦੇ ਤੋ ਇਸ ਕਰਕੇ ਵੈਕਿਊਮ ਜ਼ਰੂਰ ਹੈਗਾ ਇਹ ਵੈਕਿਊਮ ਜਿਹੜਾ ਖਲਾਅ ਜਿਹੜਾ ਹੈਗਾ ਵਾ ਇਹ ਖਲਾਅ ਨੂੰ ਕੌਣ ਭਰਦਾ ਵਾ ਇਹ ਵੱਡਾ ਸਵਾਲ ਵਾ ਪਰ ਇੱਕ ਤਕੜੀ اپੋਜੀਸ਼ਨ ਅਰ ਜ਼ਿੰਮੇਵਾਰ اپੋਜੀਸ਼ਨ ਤਕੜੀ اپੋਜੀਸ਼ਨ ਇਦਾਂ ਦੀ ਨਹੀਂ ਚਾਹੀਦੀ ਸਿਰਫ ਉਹ ਆਪਣੇ ਜਿਗਾਰਡ ਫਿੱਟ ਕਰਦੇ ਰਹਿਣ ਜਾਂ ਪ੍ਰੈਸ ਕਾਨਫਰੰਸ ਤਾਂ ਕੀ ਰਹਿਣ ਸਮੱਸਿਆ ਸੁਖਿੰਦਰ ਜੀ ਇਹ ਹੈਗੀ ਆ ਕਿ ਹੁਣ ਰਾਜਨੀਤੀ ਹੋ ਗਈ ਟਵਿੱਟਰ ਬਾਜੀ ਦੇ ਉੱਤੇ ਰਾਜਨੀਤੀ ਹੈਗੀ ਆ ਸਟੇਟਮੈਂਟਾਂ ਦੇ ਉੱਤੇ ਲੜਾਈ ਤਾਂ ਸਿਰਫ ਆਮ ਜਨਤਾ ਹੀ ਲੜਨ ਲਈ ਹੈ ਨਾ ਤੁਸੀਂ ਗੱਲ ਕਿਹਾ ਵੀ ਡੱਲੇਵਾਲ ਸਾਹਿਬ ਉੱਥੇ ਲੜੜੇ ਸੀਗੇ ਹਰਿਆਣੇ ਵਾਲੇ ਕਿਸਾਨ ਲੜ ਰਹੇ ਆ ਮੈਨੂੰ ਲੱਗਦਾ ਕਿ ਸਾਰੀ ਲੜਾਈ ਦੇ ਵਿੱਚ ਉਹ ਅਲਟੀਮੇਟਲੀ ਜਿਹੜਾ ਪਿਛਲੇ ਸਾਲ ਦਾ ਐਕਸਪੀਰੀਅੰਸ ਹੈਗਾ ਇਦੇ ਵਿੱਚੋਂ ਕੋਈ ਨਾ ਕੋਈ ਚੰਗੀ ਚੀਜ਼ ਜਿਹੜੀ ਆਲਟਰਨੇਟਿਵ ਰਾਜਨੀਤੀ ਹੈਗੀ ਆ ਉਹ ਕਿਸਾਨਾਂ ਚੋਂ ਮਜ਼ਦੂਰਾਂ ਚੋਂ ਜਾਂ ਹੋਰ ਜਿਹੜੇ ਆਮ ਤੁਹਾਡੇ ਸਾਡੇ ਬੰਦੇ ਆ ਉਹਨਾਂ ਦੇ ਵਿੱਚੋਂ ਕਿਤੇ ਨਾ ਕਿਤੇ ਇਸ ਕਿਸਮ ਦੀ ਜਿਹੜੀ ਅਵੋਲਵ ਹੋ ਜਾਏ ਕਿਉਂਕਿ ਰਾਜਨੀਤੀ ਵੈਕਿਊਮ ਚ ਨਹੀਂ ਰਹਿੰਦੀ ਕਦੀ ਵੀ ਤੋ ਇਸ ਕਰਕੇ ਜਿੰਨਾ ਕਿਸਾਨਾਂ ਦਾ ਸੋਸ਼ੀਅਲਾਈਜੇਸ਼ਨ ਹੋਊਗਾ ਜਿੰਨੀ ਪੋਲੀਟੀਕਲ ਮੋਬਿਲੀਜੇਸ਼ਨ ਹੋਊਗੀ ਇੱਕ ਤਾਂ ਰੁਝੇ ਰਹਿਣਗੇ ਜੇ ਉਹ ਰੁਝੇ ਨਹੀਂ ਨਹੀਂ ਰਹਿੰਦੇ ਤਾਂ ਫਿਰ ਉਹ ਕਿਹੋ ਜਿਹਾ ਸੰਸਾਰ ਬਣ ਜਾਂਦਾ ਹੈ ਕੋਲਿਸ਼ਨ ਦੀ ਯੂਨੀਟਾਈਟ ਹੈ ਉਹਨਾਂ ਦੇ ਮਸਲਾ ਉਹ ਹੁੰਦਾ ਤੇ ਲੱਗਦਾ ਹੈ ਕਿ ਉਹ ਆਪਣੇ ਸਮੇਂ ਦੇ ਵਿੱਚ ਉਹ ਇੱਕ ਤਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੱਧੇ ਤੌਰ ਤੇ ਨਹੀਂ ਜਾਂ ਅਸਿੱਧੇ ਤੌਰ ਦੇ ਉੱਤੇ ਆਪਣੇ ਵਿੱਚੋਂ ਜਾਂ ਆਪਣੇ ਤੋਂ ਬਾਹਰੋਂ ਉਹਨਾਂ ਦੀ ਮਨਮਰਜ਼ੀ ਕਿਉਂਕਿ ਆਮ ਆਦਮੀ ਪਾਰਟੀ ਨੇ ਕਿਸਾਨਾਂ ਨੂੰ ਪੋਲੀਟਿਕਲ ਰਿਪਰੈਜ਼ੈਂਟੇਸ਼ਨ ਦੇ ਵਿੱਚ ਬਹੁਤ ਵੱਡਾ ਧੋਖਾ ਦਿੱਤਾ ਜਿਹੜੇ ਬੰਦੇ ਇਹਨਾਂ ਨੇ ਰਾਜ ਸਭਾ 'ਚ ਭੇਜੇ ਕੋਈ ਕਿਸਾਨੀ ਵਾਲਾ ਹੈ ਉੱਥੇ ਦੇ ਬੜੀਆਂ-ਬੜੀਆਂ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਾਲੇ ਭੇਜਤੇ ਵੱਡੇ-ਵੱਡੇ ਬਿਜ਼ਨਸਮੈਨ ਭੇਜਤੇ ਵੱਡੇ-ਵੱਡੇ ਜਿਹੜੇ ਹੈਗੇ ਸੀਗੇ ਹੋਰ ਬੰਦੇ ਜਿਹੜੇ ਸੀਗੇ ਜਿਨ੍ਹਾਂ ਦਾ ਆਪਣਾ ਰੋਟੀ ਪਾਣੀ ਚੱਲਦਾ ਸੀ ਦੂਹਰੇ ਤਰੀਕੇ ਨਾਲ ਉਹ ਭੇਜ ਦਿੱਤੇ ਨਾ ਕਿਸਾਨ ਭੇਜੇ ਨਾ ਕੋਈ ਰੈਡਿਕਲ ਦਲਤ ਭਾਈਚਾਰੇ ਵਾਲਾ ਬੰਦਾ ਉੱਥੇ ਭੇਜਿਆ ਨਾ ਭਗਤ ਸਿੰਘ ਦੀ ਵਿਚਾਰਤਾਰਾ ਵਾਲਾ ਹੀ ਉੱਥੇ ਭੇਜਿਆ ਹੂੰ ਤਾਂ ਇਸ ਕਰਕੇ ਇੱਕ ਚਰਨਿੰਗ ਪ੍ਰੋਸੈਸ ਚਰਨਿੰਗ ਹੁੰਦਾ ਕਿ ਜਦੋਂ ਮਧਾੜੀ ਪਈ ਹੈ ਨਾ ਵਿੱਚੋਂ ਦੁੱਧ ਦੇ ਵਿੱਚ ਪਈ ਆ ਰੜਕਣ ਡਿਆਵਾ ਤੇ ਨਿਕਲੂ ਠੀਕ ਠਾਕ ਕੋਈ ਨਾ ਕੋਈ ਪਾਸਾ ਜੀ ਬਿਲਕੁਲ ਤਾਂ ਹੁਣ ਗਾਣੇ ਤੈਅ ਕਰਨਾ ਆ ਕਿ ਅਸੀਂ ਡਾਂਗਾ ਖਾਣੀਆਂ ਨੇ ਜਾਂ ਫਿਰ ਸਿਆਸੀ ਦੌਰ ਦੇ ਉੱਤੇ ਤਕੜੇ ਹੋਣਾ ਜੇ ਆਮ ਲੋਕਾਂ ਨੂੰ ਤੁਸੀਂ ਚੁਣ ਸਕਦੇ ਹੋ ਤਾਂ ਤੁਹਾਡੇ ਵਿੱਚ ਹੋਰ ਵੀ ਬਹੁਤ ਆਮ ਬੈਠੇ ਨੇ ਜਿਹੜੇ ਅੱਗੋਂ 2024 ਜਾਂ 2027 ਜਾਂ ਲਗਾਤਾਰ ਸਿਆਸਤ ਜਿਵੇਂ ਜਿਵੇਂ ਤਬਦੀਲ ਹੋਣੀ ਹੈ ਤੁਹਾਡੀ ਮਾਨਸਿਕਤਾ ਵੀ ਬਦਲੇਗੀ ਜਦੋਂ ਸਰਕਾਰਾਂ ਤੋਂ ਡਾਂਗਾ ਪੈਣ ਗਿਆ ਤੁਹਾਡੇ ਹੱਕ ਹਕੂਕਾਂ ਦੀ ਕੋਈ ਰਾਖੀ ਨਹੀਂ ਹੋਏਗੀ ਤਾਂ ਫਿਰ ਲਗਾਤਾਰ ਲੋਕ ਆਪਣੇ ਆਪ ਉਸ ਬਦਲਾਅ ਦੇ ਜੇ ਪ੍ਰੋਫੈਸਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਅਖੀਰ ਚ ਫਿਰ ਮੈਂ ਵਾਈਂਡ ਅਪ ਕਰਦਾ ਨਹੀਂ ਮੈਂ ਕਹਿੰਦਾ ਇਹ ਪ੍ਰੋਸੈਸ ਹੈ ਚਰਨਿੰਗ ਪ੍ਰੋਸੈਸਰ ਔਰ ਨੈਸ਼ਨਲ ਲੈਵਲ ਤੇ ਬਹੁਤ ਪੋਜ਼ਿਟਿਵ ਗੱਲ ਹੈਗੀ ਆ ਕਿ ਨੈਸ਼ਨਲ ਲੈਵਲ ਤੇ ਇੱਕ ਕਿਸਮ ਦੀ ਸਮਝ ਬਣ ਗਈ ਆ। ਜੀ। ਔਰ ਇਹ ਠੀਕ ਆ ਕਿ ਕਿਸਾਨਾਂ ਦੇ ਵਿੱਚ ਵੀ ਕੁਝ ਜਥੇਬੰਦੀਆਂ ਦੇ ਵਿੱਚ ਆਪ ਖੁਦਰਾਪਣ ਹੈਗਾ। ਔਰ ਇਹ ਸਾਰੀਆਂ ਜਿਹੜੀਆਂ ਪੀਜ਼ਨ ਸੁਸਾਇਟੀਆਂ ਹੁੰਦੀਆਂ ਉਹਨਾਂ ਦੇ ਵਿੱਚ ਹੁੰਦਾ ਹੈ। ਔਰ ਜਿਉਂ-ਜਿਉਂ ਇਹਦੀ ਲੀਡਰਸ਼ਿਪ ਯੰਗ ਹੱਤਾਂ 'ਚ ਜਾਊਗੀ ਜਿੱਥੇ ਮੈਂ ਘਟ ਜਊਗੀ ਅਸੀਂ ਅਗਲੇ ਪਾਸੇ ਲਾਜੂਗਾ। ਔਰ ਉਹ ਕਿਸਾਨ ਜਥੇਬੰਦੀਆਂ ਜਿਹੜੀਆਂ ਆਮ ਹੋਰ ਲੋਕਾਂ ਨੂੰ ਵੀ ਨਾਲ ਲੈ ਕੇ ਚੱਲ ਪੈਣਗੀਆਂ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਦੀ ਮਹੱਤਤਾ ਬਹੁਤ ਵੱਧਣੀ ਆ ਅਨਾਜ ਦੀ ਸ਼ਾਰਟੇਜ ਹੋਣੀ ਆ ਪਰ ਮੈਨੂੰ ਤੇ ਇਹ ਯਕੀਨ ਆ ਕਿ ਜਦੋਂ ਬਾਬੇ ਨਾਨਕ ਨੇ ਕਿਹਾ ਸੀਗਾ ਕਿ ਉੱਤਮ ਖੇਤੀ ਦਾ ਸਮਾਂ ਆਉਣ ਵਾਲਾ ਹੈ ਜੇ ਸਰਕਾਰਾਂ ਦੀ ਡਿਪੈਂਡੈਂਸ ਕਿਸਾਨੀ ਤੇ ਵੱਧਦੀ ਆ ਕਿਸਾਨੀ ਪੋਲੀਟੀਕਲ ਅਵੇਕਰ ਹੁੰਦੀ ਆ ਅਵੇਅਰ ਹੁੰਦੀ ਆ ਅੱਜ ਕੱਲ ਦੇ ਸਮੇਂ 'ਚ ਨਾ ਬਹੁਤ ਲੰਮਾ ਸਮਾਂ ਨਹੀਂ ਲੱਗਦਾ ਹੂੰ ਕੋਈ ਨਾ ਕੋਈ ਨਵੀਂ ਚੀਜ਼ੋ ਚ ਅਵਾਲਪ ਹੋ ਜਾਂਦੀ ਆ ਤੇ ਮੈਨੂੰ ਲੱਗਦਾ ਕਿ 2024 ਦੇ ਵਿੱਚ ਕਿਸਾਨੀ ਏਜੰਡਾ ਜਿਹੜਾ ਹੈਗਾ ਵਾ ਉਸ ਸੈਂਟਰਲ ਹੋਊਗਾ ਔਰ ਕਰਨਾਟਕਾ ਦੇ ਇਲੈਕਸ਼ਨ ਦੇ ਵਿੱਚ ਇਹ ਖਾਸ ਕਰਕੇ ਸਾਰੇ ਮੁੱਦੇ ਜਿਹੜੇ ਹੈਗੇ ਸੀ ਉਹਨੇ ਬਹੁਤ ਪੋਜ਼ਿਟਿਵ ਰੋਲ ਪਲੇ ਕੀਤਾ ਲੋਕਾਂ ਨੇ ਸਿਰਫ ਇਸ ਕਰਕੇ ਨਹੀਂ ਵੀ ਕਾਂਗਰਸ ਨੂੰ ਪਹਿਲ ਇੰਨੀਆਂ 파ਤਾ ਉਹਦੇ ਵਿੱਚ ਹੋਰ ਬਹੁਤ ਸਾਰੀਆਂ ਧਿਰਾਂ ਜਿਹਦੇ ਵਿੱਚ ਕਿਸਾਨਾਂ ਦੇ ਗਰੁੱਪ ਵੀ ਹੈਗੇ ਸੀਗੇ ਐਨਜੀਓ ਵੀ ਸੀਗੇ ਸਿਵਲ ਸੁਸਾਇਟੀ ਵੀ ਹੈਗੀ ਸੀਗੀ ਯੂਥ ਵੀ ਹੈਗਾ ਸੀਗਾ ਜਾਂ ਹੋਰ ਲੋਕ ਜਿਹੜੇ ਹੈਗੇ ਸੀਗੇ ਉਹਨਾਂ ਨੇ ਆਮ ਲੋਕਾਂ ਦੇ ਮੁੱਦਿਆਂ ਨੂੰ ਅੱਗੇ ਲੈ ਕੇ ਤੇ ਇਹ ਸਾਰਾ ਜਿਹੜੀ ਤਬਦੀਲੀ ਹੈਗੀ ਆ ਜਾਂ ਜਿਹੜੀ ਸਾਰੀ ਇਸ ਕਿਸਮ ਦੀ ਜਿਹੜੀ ਖਾਸ ਕਰਕੇ ਉੱਥੇ ਡਵੈਲਪਮੈਂਟ ਹੋਈ ਹੈ ਉਹ ਚ ਆਵਲ ਹੋਈ ਇਹ ਐਕਸਪੈਰੀਮੈਂਟ ਹੁਣ ਬਧਿਆਪਰਦੇਸ਼ ਵਿੱਚ ਚੱਲ ਰਿਹਾ ਵਾ ਇਹ ਐਕਸਪੈਰੀਮੈਂਟ ਹੌਲੀ ਹੌਲੀ ਦੂਸਰੇ ਪਾਸੇ ਚੱਲੂਗਾ ਐਕਸਪੈਰੀਮੈਂਟ ਪੰਜਾਬ ਦੇ ਵਿੱਚ ਬਹੁਤ ਜਲਦੀ ਜਿੱਦਾਂ ਹੁੰਦਾ ਨਾ ਬਲਦੀ ਜਿਹੜਾ ਜਲਦੀ ਇੱਕਦਮ ਜਿਹੜਾ ਜੰਗਲ ਦੀ ਅੱਗ ਵਾਂਗੂ ਜਿਹੜਾ ਨਾ ਐਕਸਪੈਰੀਮੈਂਟ ਫੈਲ ਸਕਦਾ ਹੈ ਲੋਕ ਤੁਹਾਡੇ ਕੋਲ ਹੈਗੇ ਆ ਕਿਉਂਕਿ ਇਹਨਾਂ ਕੋਲ ਤਾਂ ਇਹ ਜਿਹੜੇ ਪੈਸੇ ਵਾਲੇ ਲੋਕ ਸੀ ਉਹੀ ਆ ਗਏ ਨਾ ਆਮ ਆਦੀ ਪਾਰਟੀ ਕੋਲ ਜਾਂ ਤੇ ਉਹ ਲੋਕ ਆ ਕੇ ਜਿਹੜੇ ਟੋਟਲੀ ਅੰਦਰ ਡਿਪੈਂਡੈਂਟ ਆ ਜਿਹੜੇ ਕੁਝ ਬੋਲ ਨਹੀਂ ਸਕਦੇ ਨਾ ਬੋਲਣ ਦਿੱਤਾ ਜਾਂਦਾ ਨਾ ਜਾਂ ਉਹਨਾਂ 'ਚ ਬੋਲਣ ਦੀ ਇਨੀ ਕਪੈਸਿਟੀ ਨਹੀਂ ਹੈਗੇ ਇਹਨੇ ਆਰਟੀਕੂਲੇਟ ਨਹੀਂ ਹੈਗੇ ਜਿਹੜੇ ਬੰਦੇ ਏਟੋਮੀ ਵਾਲੇ ਸੀਗੇ ਜਿਹੜੇ ਬੰਦੇ ਸਮਝ ਵਾਲੇ ਸੀ ਉਹਨਾਂ ਨੂੰ ਤੇ ਇਹਨਾਂ ਨੇ ਵੀ ਬਾਹਰ ਕੱਢ ਕੇ ਰੱਖਤਾ ਉਹ ਵੀ ਨਹੀਂ ਰੱਖਿਆ ਹੈ ਜਿਹੜੇ ਬੰਦਿਆਂ ਕੋ ਕੋਈ ਆਈਡੀਆ ਸੀ ਏਜੰਡਾ ਸੀ ਜਾਂ ਜਿਹੜੇ ਬੰਦੇ ਦੀ ਕੋਈ ਮੈਜੀਨੇਸ਼ਨ ਸੀਗੀ ਉਹ ਤੇ ਸਾਰੇ ਬਾਹਰਲੇ ਪਾਸੇ ਲੇ ਬੈਠੇ ਆ ਹੋ ਸਕਦਾ ਕੱਲ ਨੂੰ ਉਹ ਐਕਟੀਵੇਟ ਹੋ ਜਾਣ ਕੁਆਇਟ ਲਾਈਕਲੀ ਲੱਗਦਾ ਕਿ ਸਾਨੂੰ ਪੰਜਾਬ ਬਾਰੇ ਤੇ ਚੰਗੇ ਦਿਨਾਂ ਦੀ ਆਸ ਰੱਖਣੀ ਚਾਹੀਦੀ ਆ ਦੇਸ਼ ਬਾਰੇ ਵੀ ਰੱਖਣੀ ਚਾਹੀਦੀ ਆ ਜੀ ਸ਼ੁਕਰੀਆ ਪ੍ਰਵਤ ਸਰ ਧੰਨਵਾਦ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਵੈਰੀ ਮੌਜੂਦ ਸਭ ਨੂੰ ਕੇ ਸਿਆਸੀ ਬਾਅਦ ਪ੍ਰੋਫੈਸਰ ਜਗਰੂਪ ਸਿੰਘ ਸੇਖੋ ਮੈਂ ਇੱਥੇ ਦੱਸ ਦਿੰਨਾ ਕਿ ਪ੍ਰੋਫੈਸਰ ਇਸ ਵੇਲੇ ਕੈਨੇਡਾ ਤੇ ਨੇ ਜਿਹੜੇ ਉਹ ਵਿਆਹ ਦੀ ਗੱਲ ਕਰ ਰਹੇ ਸੀਗੇ ਤਾਂ ਉਸ ਧਰਤੀ ਤੇ ਵੀ ਲਗਾਤਾਰ ਚਰਚਾ ਹੋ ਰਹੀ ਹੈ ਕਿ ਆਖਰਕਾਰ ਪੰਜਾਬ ਦੇ ਵਿੱਚ ਵਾਪਰ ਕੀ ਰਿਹਾ ਹੈ ਜੇ ਸਰਕਾਰ ਲਗਾਤਾਰ ਦਾਅਵੇ ਕਰਦੀ ਹੈ ਕਿ ਰਿਵਰਸ ਮਾਈਗ੍ਰੇਸ਼ਨ ਹੋਏਗੀ ਜਾਂ ਫਿਰ ਨੌਜਵਾਨਾਂ ਨੂੰ ਇੱਥੇ ਰੋਜ਼ਗਾਰ ਦਿੱਤਾ ਜਾ ਰਿਹਾ ਜਾਂ ਨੌਜਵਾਨਾਂ ਨੂੰ ਇੱਥੇ ਰੁਕਣ ਦੀਆਂ ਗੱਲਾਂ ਕੀ ਕੀ ਜਾਂਦੀਆਂ ਕਿ ਤੁਹਾਡੇ ਚੰਗੇ ਭਵਿੱਖ ਲਈ ਅਸੀਂ 2047 ਤੱਕ ਦਾ ਏਜੰਡਾ ਲੈ ਕੇ ਆ ਰਹੇ ਹਾਂ ਨੌਜਵਾਨ ਵੀ ਉਮੀਦਾਂ ਬਹੁਤ ਕਰਦੇ ਨੇ ਚੰਗੀ ਗੱਲ ਹੈ ਜਿਸ ਸਰਕਾਰ ਨੌਜਵਾਨਾਂ ਦੇ ਭਵਿੱਖ ਲਈ ਕੰਮ ਕਰੇਗੀ ਤਾਂ ਕੋਣ ਆਪਣਾ ਘਰ ਛੱਡਣਾ ਚਾਹੁੰਦਾ ਉਮੀਦ ਕਰਦੇ ਹਾਂ ਕਿ ਸਰਕਾਰ ਇਹਨਾਂ ਮਸਲਿਆਂ ਦੇ ਉੱਤੇ ਵੀ ਗੌਰ ਕਰੇਗੀ ਜਿਸ ਦੇ ਕਾਰਨ ਨੌਜਵਾਨਾਂ ਨੂੰ ਪ੍ਰਵਾਸ ਦਾ ਸਾਹਮਣਾ ਕਰਨਾ ਪੈਂਦਾ ਇੱਕ ਵੀਡੀਓ ਦਾ ਮੈਂ ਜ਼ਿਕਰ ਜ਼ਰੂਰ ਕਰਾਂਗਾ ਜੀ ਜਿੱਥੇ ਇੱਕ ਪ੍ਰਵਾਸੀ ਨੂੰ ਜਿਹੜਾ ਯੂਪੀ ਬਿਹਾਰ ਤੋਂ ਕੋਈ ਆਇਆ ਉਹ ਪੰਜਾਬ ਚ ਆ ਉਹਨੂੰ ਸਵਾਲ ਹੋਇਆ ਕਿ ਤੁਸੀਂ ਪ੍ਰਵਾਸੀ ਉਹ ਪ੍ਰਵਾਸੀਆਂ ਨੂੰ ਪੰਜਾਬ ਚ ਆਉਣ ਦੇ ਉੱਤੇ ਰੋਕ ਲਾਉਣ ਦੀ ਜਾਂ ਬਾਈਕਟ ਕਰਨ ਦੀ ਗੱਲ ਆ ਤਾਂ ਉਹਨੇ ਬਹੁਤ ਮਤਲਬ ਕਿ ਗੰਭੀਰ ਜਿਹੜਾ ਸਵਾਲ ਉਹਨੇ ਅੱਗੇ ਪੈਦਾ ਕੀਤਾ ਕਿ ਅਸੀਂ ਪ੍ਰਵਾਸੀ ਨਹੀਂ ਅਸੀਂ ਤਾਂ ਆਪਣੇ ਮੁਲਕ ਦੇ ਵਿੱਚ ਹੀ ਘੁੰਮ ਰਹੇ ਆ ਪ੍ਰਵਾਸੀ ਤਾਂ ਪੰਜਾਬੀ ਨੇ ਜਿਹੜੇ ਆਪਣਾ ਮੁਲਕ ਛੱਡ ਕੇ ਆਪਣੀ ਧਰਤੀ ਛੱਡ ਕੇ ਵਿਦੇਸ਼ਾਂ ਵਿੱਚ ਜਾ ਕੇ ਬਹਿ ਗਏ ਇਹ ਬਹੁਤ ਅਹਿਮ ਸਵਾਲ ਹੈ ਸਰਕਾਰਾਂ ਵੀ ਸੋਚਣ ਤੇ ਸਾਨੂੰ ਵੀ ਸੋਚਣ ਦੀ ਲੋੜ ਹੈ ਵਿਚਾਰ ਕਮੈਂਟ ਜ਼ਰੂਰ ਕਰਿਓ ਤਾਕਤ ਪੰਜਾਬ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਫੋਲੋ ਕਰੋ ਮੈਨੂੰ ਇਜਾਜ਼ਤ ਦਿਓ ਧੰਨਵਾਦ